ਸੀਮਾਨ ਸਾਹਿਬ ਨੇ ਸਾਨੂੰ ਕਿਹਾ ਕਿ ਹਫਤੇ ਦੇ ਵਿੱਚ ਤੁਸੀਂ ਮੈਡੀਕਲ ਕਰਵਾ ਲਓ ਜਿਹੜੇ ਸਾਡੇ ਪਿੰਡਾਂ ਦੇ ਸਕੂਲ ਨੇ ਉਹ ਤੁਹਾਨੂੰ ਉਡੀਕ ਰਹੇ ਨੇ ਇਹਨਾਂ ਨੇ 8 ਮਈ ਨੂੰ ਚੱਕ ਕੇ ਸਾਡੇ ਜਿਹੜੇ ਨਿਯੁਕਤੀ ਪੱਤਰ ਨੇ ਕੋਰਟ ਕੇਸ ਦਾ ਸਹਾਰਾ ਲੈਂਦੇ ਹੋਏ ਰੱਦ ਕਰ ਦਿੱਤੇ ਮੇਰਾ ਤਾਂ ਇਹ ਹੈ ਕਿ ਮੈਂ ਤਾਂ ਸੁਸਾਈਡ ਵੀ ਕਰ ਲਾਂ ਇੱਥੋਂ ਤੱਕ ਨੋਬਤ ਆ ਗਈ ਹੈ ਕਿ ਪਰਿਵਾਰ ਨੂੰ ਸਹਰੇ ਪਰਿਵਾਰ ਨੂੰ ਪੇਕੇ ਪਰਿਵਾਰ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਗਿਆ ਹੈ ਸਮਾਜ ਦੇ ਵਿੱਚ ਸਾਡਾ ਕੋਈ ਸਟੇਟਸ ਨਹੀਂ ਰਿਹਾ ਕਿ ਤੁਸੀਂ ਜਵਾਬ ਤਿੰਨ ਜਾਣ ਲੱਗੇ ਤੁਹਾਡੇ ਨਾਲ ਦੇ ਟ੍ਰੇਨਿੰਗ ਤੇ ਗਏ ਤੁਸੀਂ ਕਿਉਂ ਨਹੀਂ ਗਏ ਤੁਹਾਨੂੰ ਸਕੂਲ ਕਿੱਥੇ ਮਿਲਿਆ ਤੁਸੀਂ ਸਕੂਲ ਕਦੋਂ ਜਾਓਗੇ ਸਾਡੇ ਕੋਲੇ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਕੀ ਜਵਾਬ ਦੇ ਗਏ ਸਾਨੂੰ ਸਕੂਲ ਨਹੀਂ ਮਿਲਿਆ ਜਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਪੱਕੇ ਇਸੇ ਕਰਕੇ ਨਹੀਂ ਗਈ ਕਿ ਮੈਂ ਮੇਰੇ ਚਾਚੇ ਤਾਏ ਮੇਰੀਆਂ ਭਾਪੀਆਂ ਮੈਨੂੰ ਪੁੱਛਣਗੇ ਤਾਂ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਇਹਨਾਂ ਨੇ ਸਾਨੂੰ ਇੰਨਾ ਮਾਨਸਿਕ ਤੌਰ ਤੋਂ ਦੁਖੀ ਕੀਤਾ ਹੋਇਆ ਹੈ ਨਾ ਕਿ ਉਹ ਚਾਹ ਹੀ ਸਾਡਾ ਮੁੱਕ ਗਿਆ ਇਹਨਾਂ ਨੇ ਤਾਂ ਸਾਡੇ ਚੁੱਲਿਆਂ ਦੀ ਅੱਗਾਂ ਹੀ 부ਝਾ ਦਿੱਤੀਆਂ ਹੁਣ ਦੇਖੋ ਸਾਨੂੰ ਨਿਯੁਕਤੀ ਪੱਤਰ ਦਿੱਤੇ ਅਸੀਂ ਪ੍ਰਾਈਵੇਟ ਨੌਕਰੀਆਂ ਛੱਡ ਦਿੱਤੀਆਂ ਮਤਲਬ ਰੁਪਏ ਰੁਪਏ ਲਈ ਬੱਚੇ ਮਹਤਾਜ ਹੋ ਰਹੇ ਸਨ ਤਾਂ ਉਹ ਕਹਿੰਦੀ ਹੈ ਜੀ ਫਿਰ ਕੀ ਹੋਇਆ ਮੈਂ ਵੀ ਤਾਂ 20 ਵਾਰ ਹਾਰਿਆ ਮੈਂ ਸਿੱਖਿਆ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਕਦੇ ਤੁਹਾਡੇ ਨਾਲ ਕਾਸ਼ ਇੰਜ ਹੋਵੇ ਵੀ ਤੁਸੀਂ ਐਮਐਲਏ ਬਣ ਜਾਓ 4 ਮਹੀਨਿਆਂ ਬਾਅਦ ਤੁਹਾਨੂੰ ਫਿਰ ਇਦਾਂ ਹੋਏ ਕਿ ਨਹੀਂ ਜੀ ਹਰਜੋਤ ਭੈਣ ਸਾਹਿਬ ਜੀ ਗਲਤੀ ਹੋਗੀ ਵੋਟਾਂ ਦੀ ਗਿਣਤੀ ਦੁਬਾਰਾ ਹੋਊਗੀ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਮੇਰੇ ਹੱਥ ਦੇ ਵਿੱਚ ਇਸ ਵੇਲੇ ਰੋਜ਼ਗਾਰ ਦੇਣ ਵਾਲੀ ਸਰਕਾਰ ਦਾ ਨਿਯੁਕਤੀ ਪੱਤਰ ਹੈ ਇਹ ਉਹ ਨਿਯੁਕਤੀ ਪੱਤਰ ਆ ਜਿਹਨੂੰ ਸਰਕਾਰ ਤਾਂ ਇਹ ਕਹਿੰਦੀ ਆ ਕਿ ਇਸ ਨਿਯੁਕਤੀ ਪੱਤਰਾਂ ਦੇ ਸਹਾਰੇ ਅਸੀਂ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ 3 ਆਫਿਸਾਂ ਦੇ ਵਿੱਚ ਫਿੱਟ ਕਰਤੀਆਂ ਵਕ ਵਕ ਨੌਕਰੀਆਂ ਜਿਹੜੀਆਂ ਉਹ ਦੇਤੀਆਂ ਪਰ ਮੇਰੇ ਹੱਥ ਦੇ ਵਿੱਚ ਨਿਯੁਕਤੀ ਪੱਤਰ ਉਹ ਆ ਜਿਹੜਾ ਸਿਰਫ ਨਿਯੁਕਤੀ ਪੱਤਰ ਬਣ ਕੇ ਰਹਿ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹਦੇ ਅੱਗੇ ਪਿੱਛੇ ਕੋਈ ਘਾਟ ਹੋ ਸਕਦੀ ਆ ਕਿ ਉਹ ਨਿਯੁਕਤੀ ਪੱਤਰ ਜਿਨ੍ਹਾਂ ਦੇ ਵਿਹਾਰ ਤੇ ਨੌਕਰੀਆਂ ਮਿਲੀਆਂ ਤੇ ਆਹ ਨਿਯੁਕਤੀ ਪੱਤਰੇ ਦੇ ਵਿੱਚ ਕੋਈ ਫਰਕ ਆ। ਮੇਰੇ ਵਾਲੇ ਦੁਆਲੇ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਇਹ ਉਹ ਅਧਿਆਪਕ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ। ਹਾਲਾਂਕਿ ਗਿਣਤੀ ਇਹਨਾਂ ਦੀ 252 ਆ। ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਪਰ ਉਹ ਨਿਯੁਕਤੀ ਪੱਤਰ ਸਿਰਫ ਨਿਯੁਕਤੀ ਪੱਤਰ ਤੱਕ ਸੀਮਿਤ ਰਹੇਗੇ। ਨੌਕਰੀਆਂ ਹਾਲੇ ਤੱਕ ਨਹੀਂ ਮਿਲੀਆਂ ਹਾਲਾਂਕਿ ਸੀਐਮ ਮਾਨ ਜਿਹੜੇ ਨੇ ਉਹ ਹਰ ਆਪਣੀ ਜਿਹੜੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਦੇ ਨੇ ਉਹ ਅਗਲੇ ਦਿਨ ਆਪਣੇ ਦਫ਼ਤਰਾਂ ਦੇ ਵਿੱਚ ਹੁੰਦੇ ਨੇ ਹੁਣ ਇਹਨਾਂ ਤੋਂ ਪੁੱਛਾਂਗੇ ਇਹਨਾਂ ਤੋਂ ਜਾਣਾਂਗੇ ਕਿ ਮਾਜਰਾ ਕੀ ਆ ਭਾਈ ਜੇ ਨਿਯੁਕਤੀ ਪੱਤਰ ਮਿਲ ਗਏ ਤਾਂ ਤੁਸੀਂ ਦਫ਼ਤਰਾਂ ਦੇ ਵਿੱਚ ਪਹੁੰਚੇ ਕਿਉਂ ਨਹੀਂ ਦਫ਼ਤਰਾਂ ਦੇ ਵਿੱਚ ਜਾ ਕਿਉਂ ਨਹੀਂ ਰਹੇ ਬਾਜੀ ਸ੍ਰੀਕਾਲ ਕੀ ਨਾਮ ਹੈ ਸ੍ਰੀਕਾਲ ਕੁਲਵਿੰਦਰ ਸਿੰਘ ਜੀ ਜਿਵੇਂ ਮੈਂ ਗੱਲ ਕਰ ਰਿਹਾ ਕਿ ਮੇਰੇ ਹੱਥ ਦੇ ਵਿੱਚ ਨਿਯੁਕਤੀ ਪੱਤਰ ਆ ਤੁਸੀਂ ਨਿਯੁਕਤੀ ਪੱਤਰ ਲੈ ਕੇ ਆਏ ਹੋ ਤੁਸੀਂ ਕਹਿੰਦੇ ਹੋ ਕਿ ਨੇ ਨਿਯੁਕਤੀ ਪੱਤਰਾਂ ਨੇ ਸਾਨੂੰ ਨੌਕਰੀ ਨਹੀਂ ਦਿੱਤੀ ਹਰ ਇੱਕ ਨੇ ਮਾਨਤਾ ਕਹਿੰਦੇ ਨੇ ਕਿ ਨਿਯੁਕਤੀ ਪੱਤਰ ਮਿਲਦੇ ਨੇ ਤੇ ਅਗਲੇ ਦਿਨ ਆਪਣੇ ਦਫ਼ਤਰਾਂ ਦੇ ਵਿੱਚ ਜਿਹੜੇ ਨੇ ਉਹ ਜਾਂਦੇ ਨੇ ਸਾਡੇ ਨੌਜਵਾਨ ਹਾਂਜੀ ਅਸੀਂ ਵੀ ਮੁੱਖ ਮੰਤਰੀ ਤੇ ਇਹੀ ਭਰੋਸਾ ਕੀਤਾ ਸੀ ਕਿਉਂਕਿ ਬਾਰ-ਬਾਰ ਉਹ ਇਹੀ ਕਹਿ ਰਹੇ ਆ ਕਿ ਜਦੋਂ ਵੀ ਅਸੀਂ ਕਿਸੇ ਨੂੰ ਨਿਯੁਕਤੀ ਪੱਤਰ ਦਿੰਨੇ ਆ ਤਾਂ ਅਸੀਂ ਲੀਗਲੀ ਰਾਏ ਜਿਹੜਾ ਕਲੀਅਰ ਕਰਨ ਤੋਂ ਬਾਅਦ ਹੀ ਨਿਯੁਕਤੀ ਪੱਤਰ ਦਿੰਨੇ ਆ ਤਾਂ ਸਾਨੂੰ ਵੀ ਇਹ ਭਰੋਸਾ ਸੀ ਨਵੇਂ ਸਾਲ ਤੇ ਸਾਨੂੰ ਸਰਕਾਰ ਨੇ ਤੋਹਫ਼ਾ ਦਿੱਤਾ ਸੀ ਸਰਕਾਰੀ ਸਮਾਗਮ ਕੀਤਾ 5 ਜਨਵਰੀ 2023 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆ ਜਿਹੜੇ 4161 ਮਾਸਟਰ ਕੇਡਰ ਨੂੰ ਆ ਜਿਹੜੇ ਨਿਯੁਕਤੀ ਪੱਤਰ ਵੰਡੇ ਗਏ ਉਸ ਤੋਂ ਬਾਅਦ ਸਰਕਾਰ ਨੇ ਤੁਹਾਨੂੰ ਇਹ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਤੁਸੀਂ ਜਲਦੀ ਜਲਦੀ ਮੈਡੀਕਲ ਕਰਵਾ ਲਓ ਤੁਹਾਨੂੰ ਜਲਦੀ ਸਕੂਲਾਂ ਦੇ ਵਿੱਚ ਭੇਜਣਾ ਹੈ ਪਰ ਉਸ ਤੋਂ ਬਾਅਦ ਸਾਨੂੰ 3 ਮਹੀਨਿਆਂ ਦੇ ਬਾਅਦ ਹੈ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਹੁਣ ਰਿਜ਼ਲਟ ਰਵਾਈਜ਼ ਕਰ ਦਿੱਤਾ ਗਿਆ 7 April ਨੂੰ ਜਿਹੜਾ ਰਿਜ਼ਲਟ ਰਵਾਈਜ਼ ਕਰ ਦਿੱਤਾ ਗਿਆ ਜਿਦੇ ਨਾਲ ਸਾਰੇ ਕੈਂਡੀਡੇਟਾਂ ਦੇ ਨੰਬਰ ਸੀ ਜਿਹੜੇ ਅਪ ਡਾਊਨ ਹੈ ਹੋ ਚੱਲੇ ਤਾਂ ਉਸ ਤੋਂ ਬਾਅਦ ਅਸੀਂ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਨੂੰ ਮਿਲ ਕੇ ਸਾਨੂੰ ਡਰ ਹੈ ਕਿ ਕਿਤੇ ਸਾਡੀ ਨੌਕਰੀ ਨੂੰ ਕੋਈ ਖਤਰਾ ਤਾਂ ਨਹੀਂ ਤਾ ਉਹਨਾਂ ਦੁਆਰਾ ਬਾਰ-ਬਾਰ ਇਹੀ ਕਿਹਾ ਗਿਆ ਕਿ ਤੁਹਾਨੂੰ ਜਿਹੜੇ ਨਿਯੁਕਤੀ ਪੱਤਰ ਨੂੰ ਮਿਲ ਚੁੱਕੇ ਹਨਗੇ ਤੁਸੀਂ ਸੇਫ ਹੋ ਤੁਹਾਡੇ ਨਿਯੁਕਤੀ ਪੱਤਰ ਹੈ ਜਿਹੜੇ ਰੱਦ ਨਹੀਂ ਕੀਤੇ ਜਾਣਗੇ ਕਿਉਂਕਿ ਸਰਕਾਰ ਬਾਰ-ਬਾਰ ਇਹੀ ਕਹਿੰਦੀ ਹੈ ਕਿ ਅਸੀਂ ਲੀਗਲੀ ਰਾਏ ਜਿਹੜਾ ਕਲੀਅਰ ਕਰਨ ਤੋਂ ਬਾਅਦ ਹੈ ਜਿਹੜਾ ਨੌਕਰੀਆਂ ਦੇ ਰਹੇ ਹਾਂ ਤਾਂ ਸਾਨੂੰ ਇਹ ਭਰੋਸਾ ਸੀ ਕਿ ਸਾਡੇ ਕੋਲ ਜਿਹੜੇ ਨਿਯੁਕਤੀ ਪੱਤਰ ਹੈਗੇ ਆ ਪਰ ਉਸ ਤੋਂ ਬਾਅਦ 8 ਅਪ੍ਰੈਲ ਨੂੰ ਤਕਰੀਬਨ 5 ਮਹੀਨਿਆਂ ਦੇ ਬਾਅਦ ਇਹ ਜਿਹੜੇ ਨਿਯੁਕਤੀ ਪੱਤਰ ਹੈ 8 ਮਈ ਨੂੰ ਇੱਕ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ ਜਿਦੇ ਵਿੱਚ ਇਹ ਪੁਰਾਣੇ ਨਿਯੁਕਤੀ ਪੱਤਰ ਹੈ ਜਿਹੜੇ ਰੱਦ ਕਰ ਦਿੱਤੇ ਗਏ ਨਵੇਂ ਨਿਯੁਕਤੀ ਪੱਤਰ ਨਵੇਂ ਸਿਲੇਕਟ ਕੈਂਡੀਡੇਟਾਂ ਦੀ ਈਮੇਲ ਆਈਡੀ ਦੇ ਵਿੱਚ ਹੈ ਜਿਹੜਾ ਭੇਜ ਦਿੱਤੇ ਗਏ ਤਾਂ ਉਸ ਤੋਂ ਬਾਅਦ ਜਿਹੜੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਸੀ ਉਹਦੇ ਵਿੱਚੋਂ ਜਿਹੜੇ 252 ਉਮੀਦਵਾਰ ਹੈ ਸਾਰੇ ਵਿਸ਼ਿਆਂ ਦੇ ਉਹ 41 ਘਾਟ ਮਾਸਟਰ ਕੈਡਰ ਦੇ ਵਿੱਚੋਂ ਜਿਹੜੇ ਵਾਰ ਹੋ ਗਏ ਉਸ ਤੋਂ ਬਾਅਦ ਇਹ 6 ਮਹੀਨਿਆਂ ਤੋਂ ਜਿਹੜਾ ਲਗਾਤਾਰ ਮਾਨਸਿਕ ਸੰਤਾਪ ਹੈ ਜਿਹੜੇ ਹੰਡਾ ਰਹੇ ਹੈ ਬਹੁਤ ਸਾਰਿਆਂ ਦੀ ਆਖਰੀ ਭਰਤੀ ਦੇ ਦਵਾ ਦੋਬਰੇਜ ਹੋ ਜਾਣਾ ਹੈ ਬਹੁਤ ਸਾਰਿਆਂ ਨੇ ਜਿਹੜੀ ਸਰਕਾਰੀ ਜੋਬਾਂ ਪ੍ਰਾਈਵੇਟਾਂ ਜੋਬਾਂ ਨੇ ਜਿਹੜੀਆਂ ਛੜਤੀਆਂ ਸਰਕਾਰ ਤੇ ਭਰੋਸਾ ਰੱਖਿਆ ਕਿ ਸਰਕਾਰ ਹੈ ਜਿਹੜਾ ਹੁਣ ਸਾਨੂੰ ਸਕੂਲ ਦੇਊਗੀ ਪਰ ਸਰਕਾਰ ਦੇ ਭਰੋਸੇ ਦੇ ਬਾਅਦ ਇਹ 6 ਮਹੀਨਿਆਂ ਦੇ ਬਾਅਦ ਹੈ ਜਿਹੜੇ ਸੜਕਾਂ ਤੇ ਰੁੱਲ ਰਹੇ ਐ ਕੋਈ ਸੁਣਵਾਈ ਨਹੀਂ ਹੋ ਰਹੀ ਮੀਟਿੰਗਾਂ ਦੇ ਵਿੱਚ ਕਿਸੇ ਢੰਗ ਦੇ ਨਾਲ ਐ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਸੋ ਜਿਹੜੀ ਸਰਕਾਰ ਤੋਂ ਇਹ ਭਰੋਸਾ ਸੀ ਕਿ ਜਿਹੜਾ ਜਿਨ੍ਹਾਂ ਦਾ ਧਿਆਨ ਸਿੱਖਿਆ ਤੇ ਸਿਹਤ ਦੇ ਉੱਪਰ ਸੀਗਾ ਤਾਂ ਉਹਨਾਂ ਨੇ ਜਿਹੜੀ ਇਹ 252 ਉਮੀਦਵਾਰ ਐ ਜਿਹੜੇ ਬੇਰੁਜ਼ਗਾਰ ਮੁੰਡੇ ਤੇ ਕੁੜੀਆਂ ਦੇ ਨਾਲ ਜਿਹੜੀ ਬੜੀ ਹੀ ਧੋਖੇ ਵਾਲੀ ਜਿਹੜੀ ਗੱਲ ਐ ਉਹ ਕੀਤੀ ਐ ਤੁਸੀਂ ਰਿਜ਼ਲਟ ਰਿਵਾਈਜ਼ ਦੀ ਗੱਲ ਕਰੀਆ ਕਾਰਨ ਕੀ ਰਿਆ ਕਿਉਂ ਰਿਜ਼ਲਟ ਰਿਵਾਈਜ਼ ਜਿਹੜਾ ਕਰਨਾ ਪੈ ਗਿਆ ਸਰ ਇੱਕ ਜਦੋਂ ਅਨਸ ਕੁਐਸਚਨ ਅਨਸਰ ਆਇਆ ਤੇ ਇਹਦੇ ਵਿੱਚ ਕਾਫੀ ਸਾਰੀਆਂ ਮਿਸਟੇਕ ਸੀ ਤਾਂ ਬਹੁਤ ਸਾਰੇ ਕੈਂਡੀਡੇਟਾਂ ਨੇ ਉਹਦੇ ਉੱਪਰ ਜਿਹੜਾ ਕੋਰਟ ਕੇਸ ਕਰਤਾ ਪਰ ਸਰ ਕੋਰਟ ਕੇਸ ਦਾ ਜਦੋਂ ਨਿਯੁਕਤੀ ਪੱਤਰ ਦਿੱਤੇ ਗਏ ਉਦੋਂ ਵੀ ਚੱਲ ਰਹੇ ਸੀ ਤੇ ਕੋਰਟ ਕੇਸਾਂ ਦੀ ਜੇ ਗੱਲ ਕਰੀਏ ਤਾਂ ਅੱਜ ਵੀ ਇਸ ਭਰਤੀ ਦੇ ਉੱਪਰ 4-5 ਹੈ ਜਿਹੜੇ ਚੱਲ ਰਹੇ ਐ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਜੇਕਰ ਹੁਣ ਵੀ ਕੋਈ ਫੈਸਲਾ ਸਰਕਾਰ ਦੇ ਉਲਟ ਜਾਂਦਾ ਹੈ ਤਾਂ ਹੁਣ ਵੀ ਕਿ ਉਹ ਸਿਲੈਕਟ ਹੋਏ ਕੈਂਡੀਡੇਟਾਂ ਨੂੰ ਜਿਹੜਾ ਬਾਹਰ ਕੱਢਣਗੇ ਕਿੰਨੇ ਕਵਾਰ ਨਿਯੁਕਤੀ ਪੱਤਰ ਹੈ ਜਿਹੜੇ ਵੰਡੇ ਜਾਣਗੇ ਕਿੰਨੇ ਕਵਾਰ ਹੈ ਜਿਹੜੇ ਰੱਦ ਕੀਤੇ ਜਾਣਗੇ ਸੋ ਇਹ ਜਿਹੜਾ ਕੰਮ ਬੰਦ ਕਰਕੇ ਸਾਰੇ ਉਮੀਦਵਾਰਾਂ ਨੂੰ ਜਿਹੜਾ ਸਮੇਤ ਜਿਹੜੇ ਸਿਲੈਕਟ ਹੋਏ ਐ ਤੇ ਸਮੇਤ ਇਹ 252 ਇਹਨਾਂ ਨੂੰ ਜਿਹੜਾ ਸਕੂਲਾਂ ਦੇ ਵਿੱਚ ਐ ਭੇਜਣਾ ਚਾਹੀਦਾ ਹੈ ਜੀ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕਿਰਨ ਐ ਜੀ ਮੈਂ ਬਤੌਰ ਪੰਜਾਬੀ ਅਧਿਆਪਕਾ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੀ ਆਂ ਤੇ ਔਰ ਇਸ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੈਂ ਜਿਹੜੀ ਆਪਣੀ ਪ੍ਰਾਈਵੇਟ ਨੌਕਰੀ ਵੀ 10000 ਦੀ ਕਰਦੀ ਸੀ ਉਹ ਵੀ ਛੱਡ ਚੁੱਕੀ ਆਂ ਕਿਉਂਕਿ ਸਾਨੂੰ 5 ਜਨਵਰੀ ਨੂੰ ਜਦੋਂ ਨਿਯੁਕਤੀ ਪੱਤਰ ਦਿੱਤੇ ਗਏ ਤਾਂ ਸੀਐਮ ਮਾਨ ਸਾਹਿਬ ਨੇ ਸਾਨੂੰ ਕਿਹਾ ਕਿ ਹਫ਼ਤੇ ਦੇ ਵਿੱਚ ਤੁਸੀਂ ਮੈਡੀਕਲ ਕਰਵਾ ਲਓ ਜਿਹੜੇ ਸਾਡੇ ਪਿੰਡਾਂ ਦੇ ਸਕੂਲ ਨੇ ਉਹ ਤੁਹਾਨੂੰ ਉਡੀਕ ਰਹੇ ਨੇ ਪਰ ਹੋਇਆ ਇਸ ਤਰ੍ਹਾਂ ਕਿ ਅਸੀਂ 1 ਮਹੀਨਾ ਉਡੀਕਿਆ 2 ਮਹੀਨੇ ਉਡੀਕਿਆ 3 ਮਹੀਨੇ ਉਡੀਕਿਆ ਉਡੀਕਦੇ ਆ ਉਡੀਕਦੇ ਅਸੀਂ ਬਹੁਤ ਥੱਕ ਚੁੱਕੇ ਸੀ ਤੇ ਇਹਨਾਂ ਨੇ 8 ਮਈ ਨੂੰ ਚੱਕ ਕੇ ਸਾਡੇ ਜਿਹੜੇ ਨਿਯੁਕਤੀ ਪੱਤਰ ਨੇ ਕੋਰਟ ਕੇਸ ਦਾ ਸਹਾਰਾ ਲੈਂਦੇ ਹੋਏ ਰੱਦ ਕਰ ਦਿੱਤੇ ਤੇ ਜੋ ਕੰਮ ਇਹ 4 ਮਹੀਨਿਆਂ ਵਿੱਚ ਨਹੀਂ ਕਰ ਸਕ ਸਕੇ ਸਾਨੂੰ ਸਕੂਲਾਂ ਵਿੱਚ ਨਹੀਂ ਪਹੁੰਚਾ ਸਕੇ ਇਹਨਾਂ ਨੇ 8 ਤਰੀਕ ਨੂੰ ਨਿਯੁਕਤੀ ਪੱਤਰ ਰੱਦ ਕਰਨ ਦਾ ਪਾਇਆ ਤੇ ਜਿਹੜੇ ਦੂਸਰੇ ਵਿਦਿਆਰਥੀ ਸੀ ਉਹਨਾਂ ਦੀ ਲੌਗਇਨ ਆਈਡੀ ਦੇ ਵਿੱਚ ਹੀ ਉਹਨਾਂ ਦੇ ਨਵੇਂ ਨਿਯੁਕਤੀ ਪੱਤਰ ਉਹਨਾਂ ਦੀਆਂ ਨਵੀਆਂ ਸਿਲੈਕਸ਼ਨ ਲਿਸਟਾਂ ਸਭ ਕੁਝ ਪਾ ਕੇ ਉਹਨਾਂ ਨੂੰ 9 ਤਰੀਕ ਨੂੰ ਉਹਨਾਂ ਦੀ ਡਾਟਾ ਦੇ ਵਿੱਚ ਉਹਨਾਂ ਦੀ ਹਾਜ਼ਰੀ ਪਵਾ ਦਿੱਤੀ ਗਈ ਜਿਹੜਾ ਕੰਮ ਮੈਂ ਇਹ ਪੁੱਛਣਾ ਚਾਹੁੰਨੀ ਹਾਂ ਸਰਕਾਰ ਤੋਂ ਕਿ ਜਿਹੜਾ ਕੰਮ ਤੁਸੀਂ 4 ਮਹੀਨਿਆਂ ਵਿੱਚ ਨਹੀਂ ਕਰ ਸਕੇ ਉਹ ਇੱਕ ਰਾਤ ਦੇ ਵਿੱਚ ਕਿਵੇਂ ਸੰਭਵ ਹੋਇਆ ਮੈਨੂੰ ਇਸ ਇਸ ਦਾ ਜਵਾਬ ਚਾਹੀਦਾ ਕਿਉਂਕਿ ਜਿਹੜਾ 4 ਮਹੀਨਿਆਂ ਚ ਨਹੀਂ ਹੋਇਆ ਇੱਕ ਰਾਤੋਂ ਰਾਤ ਕਿਉਂ ਸੰਭਵ ਹੋਇਆ ਤੇ ਦੂਸਰੀ ਗੱਲ ਇਹ ਕੋਰਟ ਕੇਸ ਕੋਰਟ ਕਿਸ ਲੱਗੇ ਕਿਉਂ ਦੇਖੋ ਤੁਸੀਂ ਮੈਂ ਬਤੌਰ ਪੰਜਾਬੀ ਅਧਿਆਪਕ ਸਿਲੈਕਟ ਹੋਈ ਆ ਤਾਂ ਮੈਨੂੰ ਪੰਜਾਬੀ ਦਾ ਪਤਾ ਹੈ ਕਿ ਪੰਜਾਬੀ ਦਾ ਪ੍ਰਸ਼ਨ ਪੱਤਰ ਜਿਹੜਾ ਸਾਡਾ ਮਾਸਟਰ ਕੇਟਰ ਦਾ ਆਇਆ ਸੀ ਅਜਿਹਾ ਆਇਆ ਸੀ ਕਿ ਤੁਸੀਂ ਇੱਕ ਆਮ ਟੀਜੀਟੀ ਅਧਿਆਪਕ ਨੂੰ ਵੀ ਪੇਪਰ ਦੇ ਦੋ ਨਾ ਉਹ ਬਹੁਤ ਸੋਹਣਾ ਪੇਪਰ ਬਣਾ ਦੇਣਗੇ ਤਾਂ ਇਹਨਾਂ ਦੇ ਜਿਹੜੇ ਪ੍ਰਸ਼ਨ ਸੀਗੇ ਉਹਨਾਂ ਉੱਤਰਾਂ ਦੇ ਵਿੱਚ ਕੀ ਸੀ ਦੋ ਦੋ ਆਪਸ਼ਨਾਂ ਸੀਗੀਆਂ ਕਿਤੇ ਚਾਰ ਆਪਸ਼ਨਾਂ ਜਿਵੇਂ ਏ ਬੀ ਸੀ ਡੀ ਹੁੰਦੀਆਂ ਤਾਂ ਉਹਦੇ ਵਿੱਚ ਦੋ ਦੋ ਆਪਸ਼ਨਾਂ ਸੇਮ ਸੇਮ ਪਈਆਂ ਹੋਈਆਂ ਸੀ ਤੇ ਖਾਸ ਕਰਕੇ ਇਹਨਾਂ ਨੇ ਕੀਤਾ ਕਿ 10 10 ਪ੍ਰਸ਼ਨ ਜਿਹੜੇ ਸੀਗੇ ਉਹਨਾਂ ਨੂੰ ਡ੍ਰੌਪ ਚ ਪਾ ਦਿੱਤਾ ਗਿਆ ਕੀ ਤੁਸੀਂ ਸੋਚ ਸਕਦੇ ਹੋ ਕਿ ਕੰਪੀਟੀਸ਼ਨ ਹੋ ਰਿਹਾ ਹੈ ਇੱਕ ਪੇਪਰ ਹੋ ਰਿਹਾ ਤੁਸੀਂ ਵੀ ਅਧਿਆਪਕ ਚੁਣਨੇ ਆ ਤੇ ਉਹਦੇ ਵਿੱਚ ਜਿਹੜੇ 10-10 ਪ੍ਰਸ਼ਨ ਹੋਣਗੇ ਉਹ ਡ੍ਰੌਪ ਕੀਤੇ ਹੋਣਗੇ ਕੀ ਕੋਈ ਨਰਸਰੀ ਕਲਾਸ ਦਾ ਬੱਚਾ ਪੇਪਰ ਬਣਾ ਰਿਹਾ ਇਹਨਾਂ ਕੋਲ ਪੰਜਾਬੀ ਮਾਂ ਬੋਲੀ ਦਾ ਜਿਹੜਾ ਇਹ ਬਹੁਤ ਝੰਡਾ ਬੁਲੰਦ ਕਰਦੇ ਨੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਕਿ ਪੰਜਾਬੀ ਮਾਂ ਬੋਲੀ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਕੋਲੋਂ ਇੱਕ ਪੰਜਾਬੀ ਮਾਸਟਰ ਕੇਟਰ ਦਾ ਪੇਪਰ ਨਹੀਂ ਟੰਗ ਨਾਲ ਪਵਾਇਆ ਗਿਆ ਕਿ ਉਹਨਾਂ ਕੋਲ ਕੋਈ ਅਜਿਹਾ ਵਿਅਕਤੀ ਨਹੀਂ ਸੀ ਕਿ ਜੋ ਅਜਿਹਾ ਪੇਪਰ ਪਾ ਸਕੇ ਫਿਰ ਉਸ ਤੋਂ ਦੇਖੋ ਜੀ ਪੇਪਰ ਹੋਇਆ ਪੇਪਰ 'ਚ ਗਲਤੀਆਂ ਹੋਈਆਂ ਇੰਨੀਆਂ ਭਰਿਆ ਪਿਆ ਪੇਪਰ ਗਲਤੀ ਨੇ ਉੱਤਰ ਕੁੰਜੀ ਪਾਈ ਉਸ ਉੱਤਰ ਕੁੰਜੀ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਉੱਤਰ ਸੀ ਉਹ ਗਲਤ ਦਿੱਤੇ ਓਬਜੈਕਸ਼ਨਾਂ ਮੰਗੀਆਂ ਗਈਆਂ ਓਬਜੈਕਸ਼ਨਾਂ ਮਿਲੀਆਂ ਉਸ ਤੋਂ ਬਾਅਦ ਜਿਹੜੀ ਵੀ ਕੰਪਨੀ ਨੇ ਕੰਪਨੀ ਨੇ ਲਿਆ ਸੀ ਉਹਨਾਂ ਦੇ ਐਕਸਪਰਟ ਪਵਾ ਕੇ ਉੱਤਰ ਕੁੰਜੀ ਜਿਹੜੀ ਸਹੀ ਪਾਈ ਗਈ ਉਹਨਾਂ ਨੇ ਉਤਰਕੁੰਜੀ ਪਾਤੀ ਆਪਦੇ ਵੱਲੋਂ ਜਿਹੜੇ ਉਹਨਾਂ ਨੇ ਡ੍ਰੌਪ ਕਰਨੇ ਸੀ ਨੌ ਪ੍ਰਸ਼ਨ ਡ੍ਰੌਪ ਕਰ ਦਿੱਤੇ ਗਏ ਬਾਕੀ ਸਾਨੂੰ ਕੀ ਉਹਨਾਂ ਦੇ ਨੰਬਰਾਂ ਦੇ ਆਧਾਰ ਤੇ ਸਾਡੀ ਕੀ ਹੈ ਸਕਰੂਟੀ ਨਹੀਂ ਹੋਈ ਉਸ ਤੋਂ ਬਾਅਦ ਸਾਡੀਆਂ ਸਿਲੈਕਸ਼ਨ ਲਿਸਟਾਂ ਹੋਈਆਂ ਸਾਨੂੰ ਨਿਯੁਕਤੀ ਪੱਤਰ ਮਿਲੇ ਪਰ ਬਾਅਦ ਵਿੱਚ ਕੀ ਹੋਇਆ ਕਿ ਕੁਝ ਬੱਚਿਆਂ ਨੇ ਜਿਹੜਾ ਹੈ ਕਿ ਕੇਸ ਲਗਾ ਦਿੱਤਾ ਕਿਉਂਕਿ ਪ੍ਰਸ਼ਨ ਪੱਤਰ ਵਿੱਚ ਗਲਤੀਆਂ ਸੀ ਮੈਂ ਨਹੀਂ ਕਹਿੰਦੀ ਕਿ ਉਹਨਾਂ ਦਾ ਕੇਸ ਲਗਾਉਣਾ ਗਲਤ ਹੈ ਕਿਉਂਕਿ ਜਦੋਂ ਅਸੀਂ ਦੁਖੀ ਹੋਵਾਂਗੇ ਤਾਂ ਅਸੀਂ ਕੋਰਟ ਦਾ ਸਹਾਰਾ ਤਾਂ ਲਾਂਗੇ ਕਿਉਂਕਿ ਸਰਕਾਰਾਂ ਤਾਂ ਸਾਡਾ ਹੱਥ ਨਹੀਂ ਫੜਦੀਆਂ ਤਾਂ ਉਹ ਕੇਸ ਵੱਲ ਗਏ ਉਸ ਤੋਂ ਬਾਅਦ ਇਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਐਕਸਪਰਟ ਸੀ ਬੁਲਾ ਕੇ ਉਹਨਾਂ ਕੋਲੋਂ ਉਹਨਾਂ ਦੀ رائے ਲਈ ਉਸ ਤੋਂ ਬਾਅਦ ਵੀ ਉਹਨਾਂ ਦੀ رائے ਤੋਂ ਬਾਅਦ ਵੀ ਇਹਨਾਂ ਨੇ ਉਹਨਾਂ ਨਾਲ ਇਹ ਸੈਟੀਸਫਾਈਡ ਨਹੀਂ ਹੋਏ ਤੇ ਇਹਨਾਂ ਨੇ ਇੱਕ ਚੌਥੀ ਕਮੇਟੀ ਬਣਾ ਲਈ ਤੁਸੀਂ ਦੇਖੋ ਜੀ ਜਿਹੜੇ ਹੁਣ ਸਿਲੈਕਟ ਹੋਏ ਨੇ ਜਿਨ੍ਹਾਂ ਨੂੰ ਹੁਣ ਨਿਯੁਕਤੀ ਪੱਤਰ ਮਿਲੇ ਨੇ ਇੱਕ ਵਾਰੀ ਉੱਤਰਕੁੰਜੀ ਬਣੀ ਦੂਸਰੀ ਵਾਰ ਉਹ ਰਿਵਾਈਜ਼ ਹੋਈ ਤੀਸਰੀ ਵਾਰ ਉਹਦੇ ਤੇ ਕਮੇਟੀ ਬੈਠੀ ਚੌਥੀ ਵਾਰੀ ਫਿਰ ਦੂਸੀ ਕਮੇਟੀ ਬਿਠਾ ਲਈ ਕੀ ਕਦੇ ਐਦਾਂ ਦਾ ਹੋਇਆ ਸਾਡੇ ਇਤਿਹਾਸ ਵਿੱਚ ਮੈਂ ਤਾਂ ਇਹੀ ਕਹਾਂਗੀ ਜੀ ਕਿ ਇਹੀ ਬਦਲਾਅ ਹੋਇਆ ਹੈ ਕਿ ਇੱਕ ਤੁਸੀਂ ਜਿਹੜਾ ਪ੍ਰਸ਼ਨ ਪੱਤਰ ਸੀਗਾ ਉਹ ਢੰਗ ਨਾਲ ਤੁਸੀਂ ਨਹੀਂ ਕੰਡਕਟ ਕਰਾ ਸਕੇ ਇੱਕ ਪ੍ਰੀਖਿਆ ਜਿਹੜੀ ਤੁਸੀਂ ਢੰਗ ਨਾਲ ਨਹੀਂ ਲੈ ਸਕੇ ਦੂਸਰਾ ਤੁਸੀਂ ਉੱਤਰ ਕੁੰਜੀਆਂ ਨਹੀਂ ਸਹੀ ਪਵਾ ਸਕੇ ਚਾਰ-ਚਾਰ ਤਰ੍ਹਾਂ ਦੇ ਵੱਖਰੇ-ਵੱਖਰੇ ਐਕਸਪਰਟ ਬੈਠਦੇ ਆ ਤੇ ਤੁਸੀਂ ਉਹਨਾਂ ਕੋਲੋਂ ਫਿਰ ਚਾਰੋਂ ਐਕਸਪਰਟ ਦੇ ਕੀ ਹੈ ਜੀ ਉੱਤਰ ਵੀ ਵੱਖਰੇ-ਵੱਖਰੇ ਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਪੰਜਾਬੀ ਦੀ 10ਵੀਂ ਦੀ ਕਿਤਾਬ ਦੇ ਵਿੱਚ ਉੱਤਰ ਪਏ ਆ ਤੇ 12ਵੀਂ ਜਮਾਤ ਦੀ ਜਿਹੜੀ ਪੰਜਾਬੀ ਦੀ ਕਿਤਾਬ ਵਿੱਚ ਉੱਤਰ ਪਏ ਆ ਉਹਨਾਂ ਉੱਤਰਾਂ ਨੂੰ ਗਲਤ ਮੰਨ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇਹਨਾਂ ਦੀ ਜਿਹੜੀ ਚੌਥੀ ਕਮੇਟੀ ਬੈਠੀ ਉਦੇ ਅਕੋਰਡਿੰਗ ਇਹਨਾਂ ਨੇ ਚੁੱਕ ਕੇ ਸਾਡੇ ਪੰਜਾਬੀ ਦੇ ਜਿਹੜੇ ਪ੍ਰਸ਼ਨ ਸੀ ਉਹਨਾਂ ਦੇ ਉੱਤਰ ਗਲਤ ਕਰ ਦਿੱਤੇ ਤੇ ਹੁਣ ਜੇ ਅਸੀਂ ਇਹ ਗੱਲ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਕਹਿੰਨੇ ਆ ਤਾਂ ਉਹ ਕਹਿੰਦੇ ਆ ਜੀ ਫਿਰ ਕੀ ਹੋਇਆ ਮੈਂ ਵੀ ਤਾਂ 20 ਵਾਰ ਹਾਰਿਆ ਮੈਂ ਸਿੱਖਿਆ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਨੀ ਆ ਕਿ ਕਦੇ ਤੁਹਾਡੇ ਨਾਲ ਕਾਸ਼ ਇੰਜ ਹੋਵੇ ਵੀ ਤੁਸੀਂ ਐਮਐਲਏ ਬਣ ਜਾਓ 4 ਮਹੀਨਿਆਂ ਬਾਅਦ ਤੁਹਾਨੂੰ ਫਿਰ ਇਦਾਂ ਹੋਏ ਕਿ ਨਹੀਂ ਜੀ ਹਰਜੋਤ ਭੈਣ ਸਾਹਿਬ ਜੀ ਗਲਤੀ ਹੋ ਗਈ ਵੋਟਾਂ ਦੀ ਗਿਣਤੀ ਦੁਬਾਰਾ ਹੋਊਗੀ ਤੁਸੀਂ 4 ਮਹੀਨਿਆਂ ਚ ਲੱड्डੂ ਵੰਡ ਦੋ ਵਧਾਈਆਂ ਲੱਲੋ ਸਾਰਾ ਕੁਝ ਹੋ ਜੇ ਤੇ 4 ਮਹੀਨਿਆਂ ਬਾਅਦ ਲੱड्डੂ ਵੰਡਿਆ ਤੋਂ ਬਾਅਦ ਤੁਹਾਨੂੰ ਹੋਵੇ ਕਿ ਗਿਣਤੀ ਦੁਬਾਰਾ ਹੋਊਗੀ ਵੋਟਾਂ ਗਲਤ ਗਿਣੀਆਂ ਗਈਆਂ ਤੇ ਫਿਰ ਤੁਹਾਡਾ ਜਿਹੜਾ ਵਿਰੋਧੀ ਹੈ ਉਹ ਜਿੱਤ ਜੇ ਫਿਰ ਤੁਹਾਨੂੰ ਪਤਾ ਲੱਗੇ ਸਾਡੀ ਹਾਲਤ ਦਾ ਕਿ ਅਸੀਂ ਕਿਸ ਹਾਲਤ ਵਿੱਚੋਂ ਗੁਜ਼ਰ ਰਹੇ ਹਾਂ ਕਿਸ ਤਰ੍ਹਾਂ ਅਸੀਂ ਸਮਾਜਿਕ ਘਾਣ ਹੋ ਰਿਹਾ ਸਾਡਾ ਅਸੀਂ ਸਮਾਜਿਕ ਮਾਨਸਿਕ ਤੇ ਆਰਥਿਕ ਪੱਖੋਂ ਬਹੁਤ ਤੰਗ ਹੋ ਚੁੱਕੇ ਹਾਂ ਅਸੀਂ ਸਰਕਾਰ ਕੋਲੋਂ ਜਵਾਬ ਚਾਹੁੰਦੇ ਹਾਂ ਕਿ ਸਾਡੇ ਨਾਲ ਕਿਉਂ ਕੀਤਾ ਗਿਆ ਸਾਡਾ ਕਸੂਰ ਕੀ ਹੈ ਸਾਡਾ ਕਸੂਰ ਦੱਸੋ ਧੰ ਜੋ ਤੁਸੀਂ ਤੁਸੀਂ ਗੱਲ ਕਰ ਰਹੇ ਕਿ ਹਰਜੋਤ ਬੈਂਸ ਉਹਨਾਂ ਨੇ ਉਹਨਾਂ ਨੇ ਖੁਦ ਇਹ ਗੱਲ ਕਹੀ ਕਿ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਮਿਲੇ ਉਹਨਾਂ ਨੇ ਇਹ ਗੱਲ ਕਹੀ ਕਿ ਫਿਰ ਕੀ ਹੋ ਗਿਆ ਮੈਂ ਵੀ ਬਹੁਤ ਵਾਰੀ ਹਾਰੇ ਹਾਂ ਜੇ ਤੁਹਾਨੂੰ ਨੌਕਰੀ ਮਿਲ ਕੇ ਦੁਬਾਰੇ ਰੱਦ ਹੋ ਗਈ ਕੀ ਗੱਲ ਹੈ ਹਾਂਜੀ ਆ ਪਿਛਲੇ ਇੱਕ ਦੋ ਦਿਨਾਂ ਵਿੱਚ ਸਾਡੀ ਮਾਰਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਮੀਟਿੰਗ ਸੀ ਤਾਂ ਉਹਨਾਂ ਨੇ ਮੀਟਿੰਗ ਸਾਡੇ ਨਾਲ ਬੈਠ ਕੇ ਕਰਨ ਦੀ ਬਜਾਏ ਉਹਨਾਂ ਨੇ ਕੀ ਹਾਲ ਦੇ ਵਿੱਚ ਖੜੇ ਹੋ ਕੇ ਹੀ ਮੀਟਿੰਗ ਕੀਤੀ ਸਾਡੇ ਮੈਂ ਨਹੀਂ ਗਈ ਸੀ ਸਾਡੇ ਕੁਝ ਹੋਰ ਸਾਥੀ ਗਏ ਹੋਏ ਸੀ ਉਹਨਾਂ ਸਾਥੀਆਂ ਵਿੱਚੋਂ ਸਾਡੀ ਇੱਕ ਸਾਥੀ ਸੀ ਨੇ ਪੁੱਛਿਆ ਕਿ ਸਰ ਸਾਡੇ ਤੇ ਤਰਸ ਕਰੋ ਸਮਾਜਿਕ ਤੌਰ ਤੇ ਅਸੀਂ ਜਵਾਬ ਦੇ ਦੇ ਕਿ ਔਖੇ ਹੋ ਚੁੱਕੇ ਹਾਂ ਕਿਉਂਕਿ ਦੇਖੋ ਹਰ ਕੋਈ ਆਂਟ ਗੁਆਂਟ ਪੁੱਛੂਗਾ ਰਿਸ਼ਤੇਦਾਰ ਪੁੱਛੂਗਾ ਕਿ ਹਾਂਜੀ ਕੀ ਹੋਇਆ ਦੂਜੇ ਤਾਂ ਦੂਸਰੇ ਤਾਂ ਟ੍ਰੇਨਿੰਗ ਤੇ ਜਾਣ ਲੱਗੇ ਤੁਹਾਡਾ ਨਹੀਂ ਕੁਝ ਬਣਿਆ ਤਾਂ ਉਸ ਸਮੇਂ ਉਸ ਵਿਅਕਤੀ ਦੇ ਅੰਦਰ ਉਸ ਅਧਿਆਪਕ ਦੇ ਅੰਦਰ ਕੀ ਬੀਤ ਰਹੀ ਹੋਗੀ ਤਾਂ ਉਹਨਾਂ ਨੇ ਆਪਣਾ ਉਹ ਪੱਖ ਰੱਖਣਾ ਚਾਇਆ ਆਪਣਾ ਮਤਲਬ ਇਮੋਸ਼ਨਲ ਪੱਖ ਰੱਖਣਾ ਚਾਇਆ ਕਿ ਇਹ ਸਾਡੇ ਨਾਲ ਇਸ ਤਰ੍ਹਾਂ ਬੀਤ ਰਿਹਾ ਪਰ ਸਾਡੇ ਸਿੱਖਿਆ ਮੰਤਰੀ ਨੇ ਸਾਡੇ ਨਾਲ ਹਮਦਰਦੀ ਦੇਖਣ ਦੀ بجائے ਉਹਨਾਂ ਨੂੰ ਇਹ ਕਹਿ ਦਿੱਤਾ ਕਿ ਇਹ ਜਿੱਤ ਹਾਰ ਦਾ ਚੱਲਦੀ ਰਹਿੰਦੀ ਹੈ ਕਿੱਡੀ ਕ ਵੱਡੀ ਗੱਲ ਹੈ ਮੈਂ ਤਾਂ ਆਪ 20 ਵਾਰ ਹਾਰਿਆ ਤਾਂ ਮੈਂ ਤਾਂ ਫਿਰ ਸਮਾਜ ਚ ਬਾਹਰ ਹੀ ਨਿਕਲਾਂ ਪਰ ਮੈਂ ਉਹਨਾਂ ਨੂੰ ਇਹੀ ਕਹਨੀ ਆ ਕਿ ਹਾਂ ਜਦੋਂ ਐਮਐਲਏ ਦੇ ਇਲੈਕਸ਼ਨ 4 ਮਹੀਨੇ ਬਾਅਦ ਸਾਨੂੰ ਵੀ ਤਾਂ 4 ਮਹੀਨੇ ਹੋ ਗਏ ਸੀ ਨਿਯੁਕਤੀ ਪਦਰ ਪ੍ਰਾਪਤ ਕੀਤੇ ਤੁਹਾਡੇ ਨਾਲ ਇਦਾਂ ਹੋਇਆ ਨਾ ਕਿ ਗਿਣਤੀ ਦੁਬਾਰਾ ਹੋ ਜੇ ਕਿ ਚੋਣਾ ਗਲਤ ਗਿਨੀਆਂ ਵੋਟਾਂ ਗਲਤ ਗਿਨੀਆਂ ਗਈਆਂ ਤੇ ਦੂਸਰਾ ਜਣਾ ਜਿੱਤ ਜੇ ਮੈਂ ਫਿਰ ਪੁੱਛਾਂ ਕਿ ਫਿਰ ਤੁਹਾਡੀ ਹਾਲਤ ਕੀ ਹੋਊਗੀ ਸਾਨੂੰ ਸਿਰਫ ਸਾਡਾ ਕਸੂਰ ਦੱਸਿਆ ਜਾਏ ਧੰਨਵਾਦ ਇਹ ਪਹਿਲਾ ਸਿੱਖਿਆ ਦੇ ਇਤਿਹਾਸ ਦੇ ਵਿੱਚ ਭਾਈ ਪਹਿਲਾ ਇਸ ਤਰ੍ਹਾਂ ਦੇ ਨਾਲ ਹੋਇਆ ਕਿ ਇੱਕ ਵਾਰੀ ਨੌਕਰੀਆਂ ਵੰਡ ਦਿੱਤੀਆਂ ਗਈਆਂ ਨਿਯੁਕਤੀ ਪੱਤਰ ਜਿਹੜੇ ਉਹ ਦੇ ਦਿੱਤੇ ਗਏ ਕਿ ਭਾਈ ਤੁਸੀਂ ਹੁਣ ਸਕੂਲਾਂ ਦੇ ਵਿੱਚ ਬਸ ਜਾਣਾ ਆ ਉਸ ਤੋਂ ਬਾਅਦ ਕਹਿ ਦਿੱਤਾ ਗਿਆ ਕਿ ਨਹੀਂ ਮਤਲਬ ਰਿਜ਼ਲਟ ਦੁਬਾਰੀ ਰਿਵਾਈਜ਼ ਕੀਤਾ ਗਿਆ ਹਾਂਜੀ ਸਰ ਇਹ 252 ਜਿਹੜੇ ਕੈਂਡੀਡੇਟ ਬਾਹਰ ਹੋਏ ਆ ਕਿ ਉਹਨਾਂ ਨਾਲ ਬਹੁਤ ਹੀ ਸਰਕਾਰ ਨੇ ਇੱਕ ਧੋਖੇ ਵਾਲੀ ਗੱਲ ਕੀਤੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੇ ਨਿਯੁਕਤੀ ਪੱਤਰ ਹੈ ਉਹ ਜਿਹੜੇ ਰੱਦ ਕੀਤੇ ਆ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਤੇ ਸਾਨੂੰ ਜਿਹੜੀ ਹੈ ਜੋਇਨਿੰਗ ਕਰਵਾਈ ਜਾਵੇ ਦੁਬਾਰਾ ਜੋਇਨਿੰਗ ਕਰਵਾਈ ਜਾਵੇ ਮੈਂ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਗਾ ਇਦੋਂ ਪਹਿਲਾਂ ਕਦੇ ਇਤਿਹਾਸ ਦੇ ਵਿੱਚ ਇਹ ਚੀਜ਼ ਹੋਈ ਆ ਕਿ ਪਹਿਲਾਂ ਨੌਕਰੀਆਂ ਦੇ ਦਿੱਤੀਆਂ ਗਈਆਂ ਹੋਣ ਨਿਯੁਕਤੀ ਪੱਤਰ ਵੰਡ ਦਿੱਤੇ ਗਏ ਹੁਣ ਉਸ ਤੋਂ ਬਾਅਦ ਕੀ ਹੋਵੇ ਕਿ ਨਈ ਪਾਈ ਰਿਜ਼ਲਟ ਜਿਹੜਾ ਉਹ ਸੀ ਦੁਬਾਰੇ ਰਿਵਾਈਜ਼ ਕਰਤਾ ਨਹੀਂ ਸਰ ਇਹ ਨਵੀਂ ਸਰਕਾਰ ਦਾ ਨਵਾਂ ਹੀ ਬਦਲਾ ਆਇਆ ਕਿ ਮੇਰੇ ਪਹਿਲੀ ਵਾਰ ਨੁਕਤੀ ਪੱਤਰ ਜਿਹੜੇ ਰੱਦ ਕੀਤੇ ਗਏ ਨੇ ਸਰਾ ਮੇਰਾ ਨੁਕਤੀ ਪੱਤਰ ਜਿਹੜਾ 5 ਜਨਵਰੀ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਨੂੰ ਬੁਲਾ ਕੇ ਦਿੱਤਾ ਗਿਆ ਇਹ ਮੇਰਾ ਮੈਡੀਕਲ ਹੈ ਸਰ ਜਿਹੜਾ 11 ਜਨਵਰੀ ਨੂੰ ਅਸੀਂ ਕਰਵਾ ਚੁੱਕੇ ਹਾਂ ਮੈਡੀਕਲ ਵੀ ਹੋ ਗਿਆ ਸੀ ਹਾਂਜੀ ਸਰ ਮੈਡੀਕਲ ਵੀ ਹੋ ਗਿਆ ਸੀ ਇਸ ਤੋਂ ਬਾਅਦ ਸਾਨੂੰ ਕਿਹਾ ਗਿਆ ਵੀ ਤੁਹਾਨੂੰ ਹਫਤੇ ਦੇ ਅੰਦਰ ਅੰਦਰ ਸਕੂਲਾਂ ਦੇ ਅੰਦਰ ਭੇਜ ਦਿੱਤਾ ਜਾਵੇਗਾ ਪਰ 4 ਮਹੀਨਿਆਂ ਤੋਂ ਬਾਅਦ 8 ਮਈ ਨੂੰ ਸਾਡੇ ਜਿਹੜੇ ਰੱਦ ਕੀਤੇ ਜਾਂਦੇ ਨੇ ਉਹਨਾਂ ਨੂੰ ਯੁਕਤੀ ਪੱਤਰ ਇਸ ਤੋਂ ਬਾਅਦ ਅਸੀਂ ਮੀਟਿੰਗ ਕਰਦੇ ਹਰਜੋਤ ਸਿੰਘ ਪੈਂਸ ਜੀ ਨਾਲ ਪਰ ਉਹ ਹਰ ਮੀਟਿੰਗ ਦੇ ਵਿੱਚ ਲਾਰਾ ਹੀ ਸਾਬਤ ਹੁੰਦਾ ਸਾਡਾ ਕੋਈ ਹੱਲ ਨਹੀਂ ਨਿਕਲਦਾ ਮੀਟਿੰਗ ਦੇ ਵਿੱਚ ਤਾਂ ਸੀਐਮ ਮਾਨ ਹੋਰਾਂ ਦੇ ਨਾਲ ਕਦੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹੋ ਸਕਦਾ ਉਹਨਾਂ ਕੋਲ ਗੱਲ ਹੀ ਨਾ ਪਹੁੰਚੀ ਹੋਵੇ ਕਿ ਭਈ ਆ ਰਿਵਾਈਜ਼ ਹੋ ਗਿਆ ਰਿਜ਼ਲਟ ਇਹਨਾਂ ਨੂੰ ਬਾਹਰ ਕਰ ਦਿੱਤਾ ਅਧਿਆਪਕ 252 ਬਾਰਗ ਉਹਨਾਂ ਤੱਕ ਗੱਲ ਪਹੁੰਚਾਈ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹਾਂਜੀ ਸਰ ਪਿਛਲੀ ਵਾਰ ਅਸੀਂ ਥਰਮਲ ਪਲਟ ਦੇ ਵਿੱਚ ਬਟਿੰਡੇ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਸਾਡੇ ਕੁਝ ਸਾਥੀ ਤੇ ਮੈਂ ਵੀ ਉੱਥੇ ਪਹੁੰਚੀ ਹੋਈ ਸੀ ਸਾਨੂੰ ਰੋਜ਼ ਗਾਰਡਨ ਦੇ ਵਿੱਚ ਚੁੱਕ ਕੇ ਤੇ ਸਾਨੂੰ ਬੱਲੂਆਣਾ ਥਾਣਾ ਦੇ ਵਿੱਚ ਰੱਖਿਆ ਗਿਆ ਜਦੋਂ ਸੀਐਮ ਸਾਹਿਬ ਸ਼ਾਮ ਨੂੰ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਰਿਆ ਹੀ ਹੁੰਦੀ ਹੈ ਉਹ ਤਾਂ ਢੀ ਰਹੇ ਹਾਂ ਜੀ ਮਤਲਬ ਹਜੇ ਤੱਕ ਕੋਨਾ ਵੱਲੋਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਜਦੋਂ ਮੀਟਿੰਗ ਦੇ ਵਿੱਚ ਜਾਣੇ ਮੀਟਿੰਗ ਦੇ ਵਿੱਚ ਕੀ ਕਹਿਣਾ ਕੀ ਕੀ ਕਹਿਣੇ ਕਿ ਕੀ ਸੁਣਨ ਨੂੰ ਮਿਲਦਾ ਮੀਟਿੰਗ ਦੇ ਵਿੱਚ ਸਾਰ 11 ਅਪ੍ਰੈਲ ਨੂੰ ਸਾਡੀ ਮੀਟਿੰਗ ਹੁੰਦੀ ਹੈ ਜਦੋਂ ਪੰਜਾਬ ਭਵਨ ਦੇ ਵਿੱਚ ਉਦੋਂ ਸਿੱਖਿਆ ਮੰਤਰੀ ਜਿਹੜੇ ਹਰਜੋਤ ਸਿੰਘ ਬੈਂਸ ਜਵਾਬ ਦਿੰਦੇ ਨੇ ਬੇਟਾ ਤੁਸੀਂ ਕੋਰਟ ਦਾ ਰਾਹ ਨਹੀਂ ਅਪਣਾਉਣਾ ਅਸੀਂ ਤੁਹਾਨੂੰ ਸੇਫ ਕਰ ਰਹੇ ਹਾਂ ਇਸ ਤੋਂ ਬਾਅਦ 25 ਨੂੰ ਸਾਡੀ ਡਿਪਾਰਟਮੈਂਟ ਦੇ ਵਿੱਚ ਮੀਟਿੰਗ ਹੁੰਦੀ ਆ ਗੁਲਸ਼ਨ ਛਾਵੜਾ ਉਹਨਾਂ ਦੇ ਪੀਏ ਨੇ ਉਹਨਾਂ ਨੇ ਵੀ ਸਾਨੂੰ ਇਹੀ ਭਰੋਸਾ ਦਿੱਤਾ ਗਿਆ ਵੀ ਬੇਟਾ ਤੁਹਾਨੂੰ ਸੇਫ ਕਰੀ ਜਾਂਦੇ ਆ ਇਸ ਤੋਂ ਬਾਅਦ 3 ਏਪ੍ਰੈਲ ਨੂੰ ਸਾਡੀ ਮੀਟਿੰਗ ਹੋਈ ਆ ਹਰਜੋਤ ਸਿੰਘ ਬੈਂਸ ਦੇ ਘਰ ਕੋਠੀ ਨੰਬਰ 9 ਸੈਕਟਰ 2 ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਵੀ ਬੇਟਾ ਤੁਸੀਂ ਲੀਗਲੀ ਰਾਹ ਅਪਣਾ ਲਓ ਪਰ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਸਰ ਤੁਸੀਂ ਸਾਨੂੰ ਸੇਫ ਕਰਨ ਦਾ ਭਰੋਸਾ ਦਿੱਤਾ ਸੀ ਤਾਂ ਕਰਕੇ ਅਸੀਂ ਲੀਗਲੀ ਰਾਹ ਨਹੀਂ ਅਪਣਾਇਆ ਇਸ ਤੋਂ ਬਾਅਦ ਬਿਨਾਂ ਸਾਡੀ ਕੋਈ ਸਲਾਹ ਲਏ ਤੇ ਸਰ 8 ਮਈ ਨੂੰ ਸਾਡੇ ਜਿਹੜੇ ਨਿਯੁਕਤੀ ਪੱਤਰ ਨੇ ਰੱਦ ਕਰ ਦਿੱਤੇ ਜਾਂਦੇ ਨੇ ਇਸ ਤੋਂ ਬਾਅਦ 9 ਮਈ ਨੂੰ ਅਸੀਂ ਗੁਲਸ਼ਨ ਸ਼ਾਵੜਾ ਜੀ ਨੂੰ ਮਿਲਦੇ ਆਂ ਡਿਪਾਰਟਮੈਂਟ ਦੇ ਵਿੱਚ ਜਾ ਕੇ ਉਹ ਕਹਿੰਦੇ ਨੇ ਜਿਹੜਾ ਵੀ ਹੋਇਆ ਕੋਰਟ ਦੇ ਜ਼ਰੀਏ ਹੋਇਆ ਏ ਅੱਛਾ ਇਹ ਗੱਲ ਕਹਿੰਦੇ ਨੇ ਜਿਹੜਾ ਕੁਝ ਹੋਇਆ ਕੋਰਟ ਦੇ ਜ਼ਰੀਏ ਹੋਇਆ ਹਾਂਜੀ ਸਰ ਉਹ ਗੁਲਸ਼ਨ ਸ਼ਾਵੜਾ ਸਰ ਨੇ ਸਾਨੂੰ ਇਦਾਂ ਗੱਲ ਕਹੀ ਵੀ ਜਿਹੜਾ ਹੋਇਆ ਕੋਰਟ ਦੇ ਜ਼ਰੀਏ ਹੋਇਆ ਅਸੀਂ ਤੁਹਾਡਾ ਕੁਝ ਨਹੀਂ ਕਰ ਸਕਦੇ ਭਾਈ ਜਿਵੇਂ ਗੱਲ ਕਹੀ ਆ ਕਿ ਕਹਿੰਦੇ ਜਿਹੜਾ ਕੁਝ ਹੋਇਆ ਕੋਰਟ ਦੇ ਜ਼ਰੀਏ ਹੋਇਆ ਪਰ ਅਸੀਂ ਇਹ ਮੰਨਤਾ ਹਰ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਕੋਰਟ ਦੀਆਂ ਅਰਜ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਪਹਿਲਾਂ ਸਾਫ਼ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਨਿਯੁਕਤੀ ਪੱਤਰ ਦਿੰਨੇ ਆ ਤਾਂ ਜੋ ਕੋਰਟ ਦੇ ਵਿੱਚ ਨਾ ਉਤਰੇ ਫਿਰਨ ਉਹ ਆਪਦੇ ਦਫ਼ਤਰਾਂ ਦੇ ਵਿੱਚ ਜਾਣ ਹਾਂਜੀ ਜੇਕਰ ਉਹਨਾਂ ਨੇ ਸਾਰੀਆਂ ਅਰਜ਼ੀਆਂ ਮਤਲਬ ਪਾਸ ਕੀਤੀਆਂ ਸੀ ਸਾਰੀਆਂ ਅਰਜ਼ੀਆਂ ਨੂੰ ਦੂਰ ਕੀਤਾ ਸੀ ਤਾਂ ਫਿਰ ਇਹ ਦੁਬਾਰਾ ਬਾਹਰ ਕਿਵੇਂ ਹੋਵੇ 252 ਜਾਣੇ ਜਾਂ ਤਾਂ ਇਹਨਾਂ ਨੂੰ 5 ਜਨਵਰੀ ਨੂੰ ਬਹੁਤ ਜ਼ਿਆਦਾ ਕਾਲ ਸੀ ਆਪਦੀ ਮਸ਼ਹੂਰੀ ਕਰਨ ਦੀ ਜਿਹੜੇ ਵੀ 5 ਜਨਵਰੀ ਨੂੰ ਬਿਨਾਂ ਕੋਰਟ ਕੇਸ ਚੱਲਦੇ ਹੋਏ ਜੇਦੋ ਕੋਰਟ ਕੇਸ ਚੱਲ ਰਿਹਾ ਸੀ ਹਜੇ ਉਹਦਾ ਫੈਸਲਾ ਪੈਂਡਿੰਗ ਪਿਆ ਸੀ ਉਦੋਂ ਹੀ ਇਹ ਨਿਯੁਕਤੀ ਪੱਤਰ ਦਿੰਦੇ ਆ ਜਾਂ ਤਾਂ ਫਿਰ ਕੋਰਟ ਦਾ ਫੈਸਲਾ ਦੇਖਦੇ ਇਹ ਪਹਿਲਾਂ ਜੇ ਉਹਨਾਂ ਨੇ ਅੜਚਨਾ ਨੂੰ ਕਲੀਅਰ ਇਹੀ ਕਰਨਾ ਸੀ ਬਟ ਉਹ ਨਹੀਂ ਕੀਤਾ ਗਿਆ ਤੇ ਉਹ ਸਿਰਫ ਮਸ਼ਹੂਰੀ ਦੇ ਲਈ ਆਪਦੇ 5 ਜਨਵਰੀ ਨੂੰ ਇਹਨਾਂ ਨੇ ਕੀ ਆਫਰ ਲੈਟਰ ਦਿੱਤੇ ਜਿਹੜੇ ਕਿ ਬਾਅਦ ਚ 8 ਮਈ ਨੂੰ ਉਹ ਕੈਨਸਲ ਕੀਤੇ ਜਾਂਦੇ ਆ ਹਣ ਤਾਂ ਜਿਸ ਤਰ੍ਹਾਂ ਦੇ ਨਾਲ ਉਹਨੇ ਗੱਲ ਕਰੀ ਸੀ ਕਿ ਸਮਾਜ ਨੂੰ ਸਮਝਾਉਣਾ ਵੀ ਬੜਾ ਔਖਾ ਆ ਸਮਾਜ ਕਿਉਂਕਿ ਸਾਡੇ ਹੁੰਦਾ ਕਿ ਸਰਕਾਰੀ ਟੀਚਰ ਸਰਕਾਰੀ ਟੀਚਰ ਹੈ ਕਿ ਕਹ ਕੇ ਟੀਚਰ ਨਹੀਂ ਕਰਦੇ ਆ ਕਿ ਭਾਈ ਹੁਣ ਤਾਂ ਤੇਨੂੰ ਨਿਯੁਕਤੀ ਪੱਤਰ ਮਿਲ ਗਿਆ ਤੂੰ ਸਰਕਾਰੀ ਅਧਿਆਪਕ ਪਈ ਲੱਗੀ ਇਹ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜੀ ਸਰ ਬਿਲਕੁਲ ਸਰ ਜਿਹੜੀ ਮੈਰਿਡ ਪਰਸਨ ਆ ਉਹਨਾਂ ਨੂੰ ਦੋ ਦੋ ਫੈਮਿਲੀ ਨੂੰ ਹੈਂਡਲ ਕਰਨਾ ਪੈਂਦਾ ਪੇਰੈਂਟਸ ਨੂੰ ਅਲੱਗ ਜਵਾਬ ਦੇਣਾ ਪੈਂਦਾ ਔਰ ਸਹਰਿਆਂ ਦੀ ਫੈਮਿਲੀ ਨੂੰ ਅਲੱਗ ਜਵਾਬ ਦੇਣਾ ਪੈਂਦਾ ਉਹ ਆਪਣੇ ਰਿਸ਼ਤੇਦਾਰ ਨੂੰ ਇਹ ਗੱਲ ਸਮਝਾਉਣੇ ਤੱਕ ਕੇ ਉਹਨਾਂ ਨੂੰ ਐਵੇਂ ਹੁੰਦਾ ਕਿ ਤੁਸੀਂ ਫੋਨ ਚੱਕਾਂਗੇ ਸਿੱਕੀ ਗੱਲ ਕਰਾਂਗੇ ਅਸੀਂ ਵਿਆਹਾਂ ਸ਼ਾਦਗੀਆਂ ਜਾਵਾਂਗੇ ਸਿੱਕੀ ਗੱਲ ਕਰਾਂਗੇ ਸਾਨੂੰ ਸਮਾਜ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਇੱਥੇ ਤੱਕ ਕਿ ਮੇਰੇ ਬੇਟੇ ਨੂੰ ਛੁੱਟੀਆਂ ਮੈਨੂੰ ਛੁੱਟੀਆਂ ਵਿੱਚ ਪੇਕ ਕੇ ਆਉਣਾ ਮੁਸ਼ਕਲ ਹੋ ਗਿਆ ਕਿ ਮੈਂ ਪੇਕ ਕੇ ਜਾਵਾਂਗੀ ਆਂਡ ਵਾਂਡ ਹਰ ਇੱਕ ਇਹ ਗੱਲ ਪੁੱਛੂਗਾ ਕਿ ਤੁਸੀਂ ਜ ਦਾ ਕੋਈ ਜਵਾਬ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਕੀ ਜਵਾਬ ਦੇ ਗਏ ਸਾਨੂੰ ਸਕੂਲ ਨਹੀਂ ਮਿਲਿਆ ਜਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਔਰ ਬਹੁਤ ਦੇਰ ਤੱਕ ਇਸ ਇਹ ਗੱਲ ਛੁਪਾ ਕੇ ਰੱਖੀ ਪਰ ਅੰਤ ਵਿੱਚ ਸਾਨੂੰ ਇਹ ਗੱਲ ਕਹਿਣਾ ਪਿਆ ਕਿ ਸਾਨੂੰ ਸਕੂਲ ਨਹੀਂ ਮਿਲਿਆ ਸਰਕਾਰ ਨੇ ਸਾਡਾਂ ਤੋਂ ਧੋਖਾ ਕੀਤਾ ਸਾਨੂੰ 252 ਕੈਂਡੀਡੇਟ ਨੂੰ ਬਿਨਾਂ ਕਾਰਨ ਦੱਸੇ ਬਾਹਰ ਕੱਢ ਦਿੱਤਾ ਪਰ ਜਿੱਦੇ ਸਾਨੂੰ ਜੁਆਇਨਿੰਗ ਲੈਟਰ ਮਿਲੇ ਸੀ ਉਹਨਾਂ ਨੇ ਇਹ ਗੱਲ ਕਿਹਾ ਸੀ ਤੁਸੀਂ ਹੁਣ ਕੋਰਟ ਵਿੱਚ ਨਹੀਂ ਜਾਓਗੇ ਤੁਸੀਂ ਹੁਣ ਸਕੂਲਾਂ ਵਿੱਚ ਜਾਓਗੇ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਸੀ ਕਿ ਅਸੀਂ ਇੱਕ ਟੀਚਰ ਬਣ ਕੇ ਸਕੂਲਾਂ ਵਿੱਚ ਜਾ ਰਹੇ ਹਾਂ ਅੱਜ ਅਸੀਂ ਪੀਓ ਪੀਏ ਯੂਨੀ ਵਿੱਚੋਂ ਅਸੀਂ ਮਤਲਬ ਟੀਚਰ ਬਣ ਗਏ ਸਾਨੂੰ ਇੱਕ ਟੀਚਰ ਵਾਲੀ ਫੀਲਿੰਗ ਆਈ ਸੀ ਪਰ ਸਾਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਕਿ ਅਜੇ ਟੀਚਰ ਨਹੀਂ ਹੈਗੇ ਜਿਸ ਤਰ੍ਹਾਂ ਦੇ ਨਾਲ ਮੀਟਿੰਗ ਦੇ ਵਿੱਚ ਜਾਂਦੇ ਰਹੇ ਹਾਂ ਮੀਟਿੰਗਾਂ ਦੇ ਵਿੱਚ ਕਿਸ ਤਰ੍ਹਾਂ ਦਾ ਤਰਵਾਸਾ ਮਿਲਦਾ ਰਿਹਾ ਸਰ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਬਿਲਕੁਲ ਸੇਫ ਹੋ ਬਿਲਕੁਲ ਸੇਫ ਹੋ ਬਿਲਕੁਲ ਸੇਫ ਹੋ ਸਾਡੇ ਦੁਆਰਾ ਸੇਫ ਹੋ ਔਰ ਸਾਨੂੰ ਇਹੀ ਲੱਗ ਰਿਹਾ ਸੀ ਕਿ ਅਸੀਂ ਸੱਚਮੁੱਚ ਹੀ ਸੇਫ ਆ ਪਰ ਹੁਣ ਸਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਕੋਰਟ ਨੇ ਬਾਹਰ ਕੀਤਾ ਅਸੀਂ ਕੁਝ ਨਹੀਂ ਕਰ ਸਕਦੇ ਇਹ ਗੱਲ ਕਹ ਦਿੱਤੀ ਜਾਂਦੀ ਕਿਸ ਤਰ੍ਹਾਂ ਭੈਣ ਤੁਹਾਡਾ ਵੀ ਆ ਕਿਸ ਤਰ੍ਹਾਂ ਫਿਰ ਅਲ ਜਿਵੇਂ ਵਾਲੇ ਦਲ ਦੀ ਗੱਲ ਕਰੀ ਆ ਇਹ ਤੁਹਾਨੂੰ ਕਿਸ ਤਰ੍ਹਾਂ ਸਮਝਾਉਣਿਓ ਕਿ ਭਾਈ ਨਹੀਂ ਸਾਨੂੰ ਸਿਰਫ ਨਿਯੁਕਤੀ ਪੱਤਰ ਹੀ ਮਿਲੇ ਆ ਹਾਲੇ ਤੱਕ ਅਸੀਂ ਨਹੀਂ ਗਏ ਨਾ ਸਰ ਆਲੇ ਦਵਾਲੇ ਨੂੰ ਮੈਂ ਕੀ ਦੱਸਾਂ ਮੈਂ ਤਾਂ ਪੇਕੇ ਇਸੇ ਕਰਕੇ ਨਹੀਂ ਗਈ ਕਿ ਮੈਂ ਮੇਰੇ ਚਾਚੇ ਤਾਏ ਮੇਰੀਆਂ ਭਾਪੀਆਂ ਮੈਨੂੰ ਪੁੱਛਣਗੇ ਤਾਂ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਹਰ ਵਾਰ ਛੁੱਟੀਆਂ ਹੁੰਦੀਆਂ ਨੇ ਸਰ ਮੈਰਿਡ ਲੇਡੀ ਨੂੰ ਇਹੀ ਉਮੀਦ ਹੁੰਦੀ ਆ ਪਹਿਲਾਂ ਹੀ ਉਹਨੂੰ ਚਾਹ ਹੁੰਦੇ ਨੇ ਕਿ ਉਹ ਪੇਕੇ ਜਾਊਗੀ ਹੈਨਾ ਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਲਿਆ ਇਸ ਵਾਰ ਨਾ ਮਨ ਚ ਉਹ ਪੇਕੇ ਜਾਣ ਦਾ ਚਾਹ ਹੀ ਨਹੀਂ ਹੈਗਾ ਸੀ ਇਹਨਾਂ ਨੇ ਸਾਨੂੰ ਇੰਨਾ ਮਾਨਸਿਕ ਤੌਰ ਤੇ ਦੁਖੀ ਕੀਤਾ ਹੋਇਆ ਹੈ ਨਾ ਕਿ ਉਹ ਚਾਹ ਹੀ ਸਾਡਾ ਮੁੱਕ ਗਿਆ ਆਣ ਕੁਆਡ ਨੂੰ ਤੇ ਅਸੀਂ ਆਣ ਕੁਆਡ ਚ ਤੇ ਚਲੋ ਇੱਥੇ ਤੇ ਸ਼ਹਿਰ ਚ ਰਹਿੰਦੇ ਆ ਉੱਥੇ ਨਹੀਂ ਉਹ ਚੀਜ਼ ਨਾ ਸਾਨੂੰ ਕੋਈ ਘਰੇ ਪੁੱਛਣਾ ਆਉਂਦਾ ਸੀ ਘਰ ਚ ਹੀ ਰਹਿੰਦੇ ਆ ਬਾਹਰ ਤੇ ਇੱਥੇ ਨਿਕਲਦੇ ਨਹੀਂ ਪਰ ਪੇਕੇ ਅਸੀਂ ਪਿੰਡ ਚ ਸੀਗੇ ਤੇ ਇਸ ਕਰਕੇ ਮੈਂ ਨਹੀਂ ਗਈ ਇਸ ਵਾਰ ਤੇ ਮੈਨੂੰ ਐ ਲੱਗ ਰਿਹਾ ਹੈ ਕਿ ਸ਼ਾਇਦ ਮੈਂ ਅਗਲੇ 2 ਸਾਲਾਂ ਤੱਕ ਨਹੀਂ ਜਾਉਂਗੀ ਗੱਲ ਨਹੀਂ ਉਹਨਾਂ ਕੋਲ ਰੱਖੀ ਕਿ ਅਸੀਂ ਮਾਂ ਚਲੋ ਠੀਕ ਆ ਤੁਹਾਡੀਆਂ ਅਰਚਨਾ ਹੋਣੀਆਂ ਪਰ ਅਸੀਂ ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਆ ਸਾਨੂੰ ਮਾਨਸਿਕ ਤੌਰ ਤੇ ਜਿਵੇਂ ਤੁਸੀਂ ਵੀ ਅੱਖ ਪਰ ਲੀ ਕਿ ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਆ ਸੀ ਹਾਂਜੀ ਮਾਨਸਿਕ ਉਹ ਹੀ ਦੱਸ ਰਹੀਆਂ ਨਾ ਮੈਂ ਕਿ ਬਹੁਤ ਜਿਆਦਾ ਪਰੇਸ਼ਾਨ ਆ ਮਾਨਸਿਕ ਤੌਰ ਤੇ ਵੀ ਮੈਂ ਉਹ ਗਲ ਪੁੱਛ ਰੇ ਕਿ ਮੀਟਿੰਗ ਦੇ ਵਿੱਚ ਇਹ ਗੱਲ ਵੀ ਹਾਂਜੀ ਦੱਸ ਰਹੇ ਸੀ ਨਾ ਵੀ ਅਸੀਂ ਰੱਖੀਏ ਕਿ ਮਾਨਸਿਕ ਉਹ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਅਸੀਂ ਵੀ 20 ਵਾਰੀ ਹਾਰਿਆ 20 ਵਾਰੀ ਜਿੱਤਿਆ ਇੰਨੇ ਨਾਲ ਅਸੀਂ ਕਿਵੇਂ ਅਸੀਂ ਵੀ ਤੇ ਬਾਹਰ ਜਾ ਰਹੇ ਹਾਂ ਸਮਾਜਿਕ ਤੁਸੀਂ ਐਵੇਂ ਕਿਵੇਂ ਹੋ ਸਕਦੇ ਹੋ ਅੱਜ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਸਾਡ ਡਿਗਰੀਆਂ ਕਰਕੇ ਕਿਤੇ ਭੁੱਲ ਤਾਂ ਨਹੀਂ ਕਰ ਲਈ ਕਿਤੇ ਆਪਾਸੇ ਪੈ ਕੇ ਭੁੱਲ ਤਾਂ ਹਾਂਜੀ ਬਿਲਕੁਲ ਜੀ ਭੁੱਲ ਕੀਤੀ ਹੋਈ ਐ ਅਸੀਂ ਮੇਰੀ ਸਿਸਟਰ ਐ ਉਹਨੇ ਵੀ ਐਮਏ ਬੀਏਡ ਕੀਤੀ ਹੋਈ ਐ ਮਾਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਟੈਸਟ ਦੀ ਤਿਆਰੀ ਕਰ ਪਈ ਅੱਗੇ ਆਪਾਂ ਆਪ ਸਰਕਾਰ ਆਈ ਐ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਵੀ ਅਸੀਂ ਜੋਬ ਦੇਵਾਂਗੇ ਤੇ ਇਹ ਪੋਸਟਾਂ ਕੱਢਣਗੇ ਤਿਆਰੀ ਕਰ ਲੈ ਹਰ ਸਾਲ ਇਹ ਕਹਿ ਰਹੇ ਨੇ ਕਿ ਅਸੀਂ ਪੋਸਟਾਂ ਦੇਵਾਂਗੇ ਵੀ ਹੁਣ ਟੈਸਟ ਦੀ ਤਿਆਰੀ ਕਰ ਕਹਿੰਦੀ ਨਹੀਂ ਵੀ ਐਨੇ ਸਾਲ ਹੋ ਗਏ ਤੈਨੂੰ ਪੜਦੀ ਨੂੰ ਹੁਣ ਤੱਕ ਤੈਨੂੰ ਮਿਲ ਗਈ ਜੋਬ ਕਹਿੰਦੀ ਮੈਂ ਤੇ ਬਾਹਰ ਜਾਣਾ ਉਨੇ ਤੇ ਜੀ ਪੀਟੀ ਕੀਤੀ ਆ ਉਹ ਤੇ ਬਾਹਰ ਜਾਊਗੀ ਤੇ ਹੋਰ ਅਸੀਂ ਹੋਰ ਕੀ ਕਰ ਸਕਦੇ ਆ ਇਸ ਤੋਂ ਬਾਅਦ ਇਹ ਲੱਗਦਾ ਜੀ ਇਹ ਚੀਜ਼ ਕਿ ਸਾਡੇ ਚੋ ਕਈ ਸਾਥੀਆਂ ਨੇ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਸੀ ਉਹਨਾਂ ਨੂੰ ਬਿਲਕੁਲ ਮਤਲਬ ਸਮਝਾਇਆ ਕਿ ਨਹੀਂ ਤੁਸੀਂ ਫਿਰ ਵੀ ਸਾਡਾ ਸੁਪਨਾ ਹੈਗਾ ਸੀ ਕਿ ਅਸੀਂ ਸਕੂਲਾਂ ਵਿੱਚ ਜਾਵਾਂਗੇ ਲੋੜਵੰਦ ਬੱਚੇ ਬੈਠੇ ਨੇ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ ਜੇ ਕਿ ਸਾਨੂੰ ਬਹੁਤ ਖੁਸ਼ੀ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਏਗਾ ਹੁਣ ਤਾਂ ਮਤਲਬ ਜਿਸ ਤਰ੍ਹਾਂ ਦੇ ਉਹਨਾਂ ਨੇ ਕਿਹਾ ਕਿ ਬਹੁਤਿਆਂ ਦੀ ਭਰਤੀ ਵੀ ਅਖੀਰਲੀ ਅਖੀਰਲੀ ਹੈ ਕਿਸ ਤੋਂ ਬਾਅਦ ਸ਼ਾਇਦ ਹਾਂਜੀ ਹਾਂਜੀ ਸਰ ਬਿਲਕੁਲ ਸਾਡੀ ਬਹੁਤ ਜ਼ਿਆਦਾਤਰ ਦੀ ਜਿਹੜੀ ਭਰਤੀ ਬਿਲਕੁਲ ਲਾਸਟ ਆ ਔਰ ਲਾਸਟ ਹੀ ਸਾਲ ਆ ਲਾਸਟ ਹੀ ਚਾਂਸ ਆ ਔਰ ਅਸੀਂ ਮਿਹਨਤ ਦਾ ਵੀ ਸਾਡਾ ਮਤਲਬ ਹੱਦ ਹੀ ਹੋ ਗਈ ਸੀ ਇੰਨੀ ਜ਼ਿਆਦਾ ਮਿਹਨਤ ਕਰੀ ਐ ਇਸ ਤੋਂ ਬਾਅਦ ਸਾਨੂੰ ਲੱਗਦਾ ਵੀ ਅਸੀਂ ਮਿਹਨਤ ਕਰ ਹੀ ਨਹੀਂ ਸਕਦੇ ਐਨੇ ਮਿਹਨਤ ਕਰਨ ਦੇ ਬਾਵਜੂਦ ਸਾਡੇ ਚਲੋ ਕੁਐਸਚਨ ਗਲਤ ਹੁੰਦੇ ਅਸੀਂ ਐਕਸੈਪਟ ਕਰ ਲੈਂਦੇ ਵੀ ਸਾਡੀ ਗਲਤੀ ਐ ਗਲਤ ਨੂੰ ਗਲਤ ਕਰਨਾ ਹੀ ਸੀ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਕਿ ਸਾਡੇ ਸਹੀ ਕੁਐਸਚਨਾਂ ਨੂੰ ਗਲਤ ਕੀਤਾ ਗਿਆ ਜਦੋਂ ਕਿ ਜਿਨ੍ਹਾਂ ਦੇ ਗਲਤ ਕੁਐਸਚਨ ਸੀ ਉਹਨਾਂ ਨੂੰ ਸਹੀ ਕਰਕੇ ਭਰਤੀ ਦੇ ਅੰਦਰ ਕੀਤਾ ਗਿਆ ਔਰ ਸਾਡੇ ਸਹੀ ਕੁਐਸਚਨਾਂ ਨੂੰ ਗਲਤ ਸਾਨੂੰ ਪ੍ਰੂਫ ਤਾਂ ਦੇਣ ਸਾਡੇ ਕੁਸਚਨ ਗਲਤ ਕਰਿਆ ਉਹਨਾਂ ਦੇ ਕਿੱਥੇ ਪ੍ਰੂਫ ਆ ਜੇ ਜੇ ਬਹਿਲਾ ਪਹਿਲਾ ਨਿਯੁਕਤੀ ਪੱਤਰ ਨਾ ਦਿੱਤੇ ਜਾਂਦੇ ਚਲੋ ਨਾਮ ਮਿਲਦੇ ਪਹਿਲਾਂ ਰਿਜ਼ਲਟ ਦੇ ਵਿੱਚ ਤੁਸੀਂ ਬਾਹਰ ਹੁੰਦੇ ਸ਼ਾਇਦ ਫਿਰ ਵੀ ਬਰਦਾਸ਼ਤ ਕੀਤਾ ਜਾ ਸਕਦਾ ਸੀ ਹਾਂਜੀ ਸਰ ਬਿਲਕੁਲ ਫਿਰ ਸਾਨੂੰ ਸਮਾਜ ਸਵਾਲ ਹੀ ਨਹੀਂ ਪੁੱਛਦਾ ਸੀ ਵੀ ਤੁਹਾਨੂੰ ਨੌਕਰੀ ਮਿਲ ਗਈ ਤੁਸੀਂ ਕਿੱਥੇ ਲੱਗੇ ਆ ਔਰ ਜੇ ਸੀ ਸਾਨੂੰ ਨਿਯੁਕਤੀ ਪੱਤਰ ਮਿਲੇ ਫੇਰੀ ਹਰ ਇੱਕ ਪੁਛਦਾ ਜਦੋਂ ਸਾਨੂੰ ਨਿਯੁਕਤੀ ਪੱਤਰ ਮਿਲੇ 5 ਜਨਵਰੀ ਨੂੰ ਉਦੋਂ ਵੀ ਅਸੀਂ ਪੇਕੇ ਛੁੱਟੇ ਮਨਾਉਣ ਗਏ ਹੋਏ ਸੀ ਉਦੋਂ ਵੀ ਇਹਨਾਂ ਨੇ 3 ਤਰੀਕ ਨੂੰ ਬੁਲਾਇਆ ਕਿ ਤੁਹਾਨੂੰ 5 ਤਰੀਕ ਨੂੰ ਨਿਯੁਕਤੀ ਪੱਤਰ ਮਿਲ ਰਿਹਾ ਅਸੀਂ ਖੜੇ ਪੈਰ ਅਗਲੇ ਹੀ ਦਿਨ 4 ਤਰੀਕ ਨੂੰ ਪੇਕਿਆਂ ਤੋਂ ਉੱਥੋਂ ਇਹ ਕਹਿ ਕੇ ਆਏ ਕਿ ਸਾਨੂੰ ਨਿਯੁਕਤੀ ਪੱਤਰ ਮਿਲ ਰਿਹਾ ਸਾਨੂੰ ਕੱਲ ਨੂੰ ਜਾਣਾ ਪੈ ਰਿਹਾ ਔਰ ਸਾਨੂੰ ਹੁਣ ਅੱਜ ਚੱਕ ਜਵਾਬ ਦੇਣਾ ਪੈ ਰਿਹਾ ਇਸ ਗੱਲ ਦਾ ਜਵਾਬ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੀ ਦੱਸ ਗਏ ਵੀ ਉਸ ਦਿਨ ਤਾਂ ਅਸੀਂ ਇਹ ਕਹਿ ਕੇ ਆਏ ਸੀ ਸਾਨੂੰ ਨਿਯੁਕਤੀ ਪੱਤਰ ਮਿਲ ਰਿਹਾ ਕੱ ਅੱਗੇ ਹੁਣ ਕੁਝ ਦੀਂਦਾ ਸਰ ਬਿਲਕੁਲ ਨਹੀਂ ਕਿਉਂਕਿ ਲਾਸਟ ਚਾਂਸ ਸੀਗਾ ਅੱਗੇ ਅੱਗੇ ਕੁਝ ਵੀ ਨਹੀਂ ਜੀ ਜੀ ਬਾਈ ਜੀ ਕੋਈ ਕੁਝ ਕਰੀ ਹਾਂ ਜੀ ਜਿਹੜੇ ਕੁਐਸਚਨ ਵੀ ਇਹਨਾਂ ਨੇ ਗਲਤ ਕੀਤੇ ਆ ਜੀ ਉਹ 10ਵੀਂ ਕਲਾਸ ਦੀ ਕਿਤਾਬ ਦੇ ਵਿੱਚ ਉਹ ਕੁਐਸਚਨ ਆ ਜਿਹੜਾ ਸਿਲੇਬਸ ਹੈ ਉਹਦੇ ਮੁਤਾਬਕ ਉਹ ਕੁਐਸਚਨ ਸਾਡੇ ਜਿਹੜੇ ਆ ਉਹ ਬਿਲਕੁਲ ਠੀਕ ਸੀਗੇ ਜਿਨ੍ਹਾਂ ਨੂੰ ਗਲਤ ਕੀਤਾ ਗਿਆ ਅੱਜ ਵੀ ਅਸੀਂ ਉਹ 10ਵੀਂ ਕਲਾਸ ਦੀ ਕਿਤਾਬ ਹੈ ਜਿਹੜੀ ਉਹਦੇ ਨਾਲ ਪ੍ਰੂਫ ਦੇ ਸਕਦੇ ਆ ਪਲੱਸ 2 ਦੀ ਕਿਤਾਬ ਦਾ ਪ੍ਰੂਫ ਦੇ ਸਕਦੇ ਆ ਜਿਹੜੇ ਕੁਐਸਚਨ ਗਲਤ ਕੀਤੇ ਆ ਉਹਦੇ ਵਿੱਚ ਉਹ ਕੁਐਸਚਨ ਬਿਲਕੁਲ ਸਹੀ ਆ ਸਾਡੇ ਹਾਂਜੀ ਜਿਵੇਂ ਆਮ ਤੌਰ ਤੇ ਜੀ ਪੰਜਾਬ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਲਗਾ ਮਾਤਰਾ 10 ਹੈ ਪਰ ਇਹਨਾਂ ਨੇ 9 ਸਹੀ ਕੀਤੀਆਂ ਹਨ ਜਾਨੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜੋ ਸਾਰੇ ਪੰਜਾਬ ਦੇ ਵਿੱਚ ਕਿਤਾਬਾਂ ਦੇ ਵਿੱਚ ਪੜ੍ਹਾ ਰਿਹਾ ਹੈ ਉਹਨੂੰ ਜਿਹੜੀ ਇਹ ਐਕਸਪਰਟ ਕਮੇਟੀਆਂ ਨੇ ਉਹ ਗਲਤ ਸਾਬਤ ਕਰ ਰਹੀਆਂ ਹਨ ਦੇਖੋ ਕਮਾਲ ਦੀ ਗੱਲ ਤਾਂ ਇਹ ਹੈ ਤੁਹਾਡੀ ਹੁਣ ਮੁੱਖ ਮੰਗ ਜਿੱਦਾਂ ਬਾਈ ਜੀ ਨੇ ਵੀ ਦੱਸਿਆ ਕਿ ਸਾਨੂੰ ਇਹ ਹੈ ਕਿ ਸਾਨੂੰ ਅੰਦਰ ਕੀਤਾ ਜਾਵੇ ਸਾਡੇ ਨਿਯੁਕਤੀ ਪੱਤਰਾਂ ਸਾਨੂੰ ਜਿਹੜਾ ਹੈਗਾ ਸਕੂਲ ਦਿੱਤੇ ਜਾਣ ਸਕੂਲ ਲੈਣ ਬਿਲਕੁਲ ਜੀ ਸਾਡੀ ਤਾਂ ਰਿਕਵੈਸਟ ਹੈ ਨਹੀਂ ਫਿਰ ਸਾਡੇ ਕੋਲ ਤਾਂ ਜੋਰ ਆਇਆ ਕਿ ਅਸੀਂ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਦਾ ਧਰ ਮੰਲਾਂਗੇ ਤੇ ਜਾਂ ਜਿਹੜਾ ਉਹ ਬਾਰ-ਬਾਰ ਸਾਨੂੰ ਕਹਿ ਰਿਹਾ ਕਿ ਲੀਗਲੀ ਫਿਰ ਅਸੀਂ ਲੀਗਲੀ ਰਾਹ ਵੀ ਪਣਾ ਲਾਂਗੇ ਹੁਣ ਸਾਡੇ ਕੋਲ ਦੋ ਹੀ ਰਾਹ ਹੈ ਲੀਗਲੀ ਤੇ ਪ੍ਰੋਟੈਸਟ ਦਾ ਕਿਉਂਕਿ ਹੁਣ ਸਾਡੇ ਕੋਲੇ ਗਵਾਉਣ ਵਾਸਤੇ ਨਹੀਂ ਜੇਕਰ ਸਾਡੇ ਕਿਸੇ ਕੈਂਡੀਡੇਟ ਨੇ ਸੁਸਾਈਡ ਕਰ ਲਿਆ ਜਾਂ ਕੋਈ ਟੈਂਕੀ ਤੇ ਚੜ ਗਿਆ ਜਾਂ ਕਿਸੇ ਦਾ ਕੋਈ ਵੀ ਨੁਕਸਾਨ ਹੋਇਆ ਤਾਂ ਇਹਦੇ ਵਾਸਤੇ ਫਿਰ ਸਰਕਾਰ ਤੇ ਸਿੱਖਿਆ ਡਿਪਾਰਟਮੈਂਟ ਹੈ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਮੈਂ ਆਖਰੀ ਸਵਾਲ ਜ਼ਰੂਰ ਲੈਣਾ ਚਾਹੂੰਗਾ ਮੱਖ ਮੰਤਰੀ ਸਾਹਿਬ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਨੇ ਕਿ ਬਾਹਰ ਲਿਆਂ ਨੂੰ ਅਸੀਂ ਇੱਧਰ ਲਿਆਵਾਂਗੇ ਜਿਹੜੀ ਸਾਡੀ ਨੌਜਵਾਨੀ ਗਈ ਆ ਪਰ ਜਿਸ ਤਰ੍ਹਾਂ ਦੇ ਨਾਲ ਭੈਣ ਰੋਏ ਵੀ ਨੇ ਇਹ ਹਾਲਾਤ ਨੇ ਕਹਿੰਦੇ ਨੇ ਕਈ ਨੇ ਸੁਸਾਈਸਾਈਡ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਲੱਗਦਾ ਕਿ ਆ ਹਾਲਾਤ ਦੇਖ ਕੇ ਕੋਈ ਇੱਧਰ ਆਊਗਾ ਨਹੀਂ ਜੀ ਮੈਨੂੰ ਨਹੀਂ ਲੱਗਦਾ ਕਿ ਆ ਹਾਲਾਤ ਦੇਖ ਕੇ ਕੋਈ ਇੱਧਰ ਆਊਗਾ ਸਗੋਂ ਇਹ ਲੱਗ ਰਿਹਾ ਹੈ ਕਿ ਅਸੀਂ ਖੁਦ ਵੀ ਤੇ ਆਪਣੇ ਬੱਚਿਆਂ ਨੂੰ ਵੀ ਤੇ ਜਿਹੜੇ ਸਾਡੇ ਪਰਿਵਾਰ ਵਿੱਚ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹੀ ਸਲਾਹ ਦਾਂਗੇ ਕਿ ਚਲੋ ਉੱਥੇ ਜਾ ਕੇ ਲੇਬਰ ਕਰ ਲਓ ਉਹਦੇ ਨਾਲੋਂ ਬੈਟਰ ਹੈ ਕਿ ਇੱਥੇ ਨਿਯੁਕਤੀ ਪੱਤਰ ਲੈ ਕੇ ਬਾਹਰ ਹੋਣ ਨਾਲੋਂ ਸਮਾਜ ਚ ਘਾਣ ਹੋਣ ਨਾਲੋਂ ਜਿਹੋ ਜਿਹਾ ਘਾਣ ਸਾਡਾ ਹੋਇਆ ਉਸ ਸਥਿਤੀ ਵਿੱਚ ਪਹੁੰਚਣ ਨਾਲੋਂ ਚੰਗਾ ਹੈ ਕਿ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਜਾ ਕੇ ਤੁਸੀਂ ਲੇਬਰ ਕਰੋ ਚਾਹੇ ਕੋਈ ਕੰਮ ਕਰੋ ਉੱਥੇ ਮਿਹਨਤ ਦਾ ਮੁੱਲ ਤਾਂ ਮਿਲਦਾ ਹੈ ਇੱਥੇ ਤਾਂ ਮਿਹਨਤ ਦਾ ਮੁੱਲ ਹੀ ਨਹੀਂ ਮਿਲ ਰਿਹਾ ਤੁਸੀਂ ਹੁਣ ਖੁਦ ਦੱਸੋ ਸਾਨੂੰ ਸਾਡੀ ਮਿਹਨਤ ਦਾ ਸਾਨੂੰ ਕੀ ਮੁੱਲ ਮਿਲਿਆ ਪਹਿਲੀ ਗੱਲ ਤਾਂ ਜੀ ਜਿਹੜੀਆਂ ਪੰਜਾਬੀ ਐਸਐਸਟੀ ਦੀਆਂ ਪੋਸਟਾਂ ਸੀਗੀਆਂ ਹਿੰਦੀ ਦੀਆਂ ਉਹ ਆਈਆਂ ਹੀ 7-8 ਸਾਲਾਂ ਬਾਅਦ ਸੀਗੀਆਂ ਜਿਹੜੀਆਂ ਪਿਛਲੀਆਂ 5 ਸਾਲ ਕਾਂਗਰਸ ਸਰਕਾਰ ਤੋਂ ਡੰਡੇ ਖਾ ਖਾ ਕੇ ਮਨੀਸ਼ ਫਾਜ਼ਿਲ ਕਾ ਤੇ ਜਸਵੰਤ ਕੁਬਾਇਆ ਵੀਰ ਨੇ ਟੈਂਕੀਆਂ ਤੇ ਚੜਕੇ ਇਹਨਾਂ ਨੂੰ ਇਹ ਪੋਸਟਾਂ ਕਢਵਾਈਆਂ ਸੀਗੀਆਂ ਕੋਡ ਆਫ ਕੰਡਕਟ ਲੱਗਿਆ ਸੀ ਉਸ ਤੋਂ ਅੱਧਾ ਘੰਟਾ ਪਹਿਲਾਂ ਇਹ ਪੋਸਟਾਂ ਨਿਕਲੀਆਂ ਸੀ ਪਰ ਇਹਨਾਂ ਨੇ ਆ ਕੇ ਕੀ ਕੀਤਾ ਇਹਨਾਂ ਨੇ ਡੇਢ ਸਾਲ ਵਿੱਚ ਇਹਨਾਂ ਕੋਲੋਂ ਪੇਪਰ ਹੀ ਨਹੀਂ ਕੰਡਕਟ ਕਰਾਇਆ ਗਿਆ ਤਾਂ ਮੈਂ ਤਾਂ ਇਹੀ ਸਲਾਹ ਦੇਵਾਂਗੀ ਕਿ ਸਾਰੇ ਜਿਹੜੇ ਹੈਗੇ ਆ ਸਾਡੇ ਪਿੱਛੇ ਹੁਣ +2 ਕਰ ਰਹੀ ਜਨਰੇਸ਼ਨ ਹੈ ਜਾਂ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਬੱਚੇ ਆ ਠੀਕ ਹੈ ਬਹੁਤ ਵਧੀਆ ਫੈਸਲਾ ਹੈ ਕਿ ਬਾਹਰ ਜਾਓ ਠੀਕ ਹੈ ਪੰਜਾਬ ਦਾ ਜੋ ਬੰਨਾ ਹੈ ਉਹ ਫਿਰ ਆਪ ਸਰਕਾਰ ਬਣਾ ਹੀ ਰਹੀ ਹੈ ਜੀ ਜੀ ਭੈਣ ਕੀ ਕਹਾਂ ਚਾਹੂੰ ਸਾਰੇ ਕਹਿੰਦੇ ਨੇ ਇਹ ਪੰਜਾਬ ਦੀਆਂ ਧੀਆਂ ਮੇਰੀਆਂ ਧੀਆਂ ਅਸੀਂ ਸਾਰਿਆਂ ਦੀ ਚੁੱਲੀਆਂ ਦੀਆਂ ਅੱਗ ਜਗਾ ਰਹੇ ਹਾਂ ਇਹ ਕਰਿਆ ਇਹਨਾਂ ਨੇ ਤਾਂ ਸਾਡੇ ਚੁੱਲੀਆਂ ਦੀਆਂ ਅੱਗਾਂ ਹੀ 부ਝਾ ਦਿੱਤੀਆਂ ਹੁਣ ਦੇਖੋ ਸਾਨੂੰ ਨਿਯੁਕਤੀ ਪੱਤਰ ਦਿੱਤੇ ਅਸੀਂ ਪ੍ਰਾਈਵੇਟ ਨੌਕਰੀਆਂ ਛੱਡ ਦਿੱਤੀਆਂ ਮਤਲਬ ਰੁਪਏ ਰੁਪਏ ਲਈ ਬੱਚੇ ਮਹਤਾਜ ਹੋ ਰਹੇ ਨੇ ਜਿੱਥੇ ਵੀ ਜਾਂਦੇ ਨੇ ਆਪਦੇ ਖਰਚੇ ਤੇ ਹੁਣ ਬੱਚੇ ਕਰਨ ਤਾਂ ਕਰਨ ਕੀ ਦੱਸੋ ਤੇ ਸਰ ਇਹ ਹਰ ਗੁਰਪੁਰਬ ਤੇ ਵਧਾਈਆਂ ਦੇਣ ਦੇ ਫਿਰਦੇ ਨੇ ਤੇ ਸਰ ਸਾਡੇ ਕੁਐਸਚਨ ਪੇਪਰ 'ਚ ਇੱਕ ਕੁਐਸਚਨ ਪਾਇਆ ਸੀ ਵੀ ਰਾਜੇ ਸੀ ਮੁਕੱਦਮ ਕੁੱਤੇ ਪਲੱਸ 2 ਦੀ ਬੁੱਕ 'ਚ ਇੱਕ ਸੇਮ ਡਿੱਟੋਕ ਪਿਆ ਠੀਕ ਹੈ ਉਹਨਦੇ ਚ ਪੁੱਛਿਆ ਗਿਆ ਵੀ ਮੁਕਦਮ ਦਾ ਅਰਥ ਕੀ ਹੈ ਆਨਸਰ ਹੈ ਵਜ਼ੀਰ ਤੇ ਇਹਨਾਂ ਨੇ ਸਾਡਾ ਆਨਸਰ ਵਜ਼ੀਰ ਗਲਤ ਕਰਕੇ ਉਹਨ ਦਾ ਸ਼ਬਦ ਕੋਸ਼ ਦੇ ਅਨੁਸਾਰ ਆਨਸਰ ਦਿੱਤਾ ਵੀ ਜਿਹੜੇ ਕਿਨਮ ਕਾਰ ਇਕੱਠਾ ਕਰਦੇ ਆ ਠੀਕ ਹੈ ਸਰ ਮਤਲਬ ਇਹਨਾਂ ਨੂੰ ਗੁਰੂਆਂ ਦੀ ਤੁਕਾਂ ਤੱਕ ਨਹੀਂ ਪਤਾ ਇਹ ਕਿੱਥੋਂ ਪੰਜਾਬੀ ਦਾ ਪੇਪਰ ਕਰ ਲੈਣਗੇ ਸਰ ਪੰਜਾਬ ਵਿੱਚ ਰਹਿੰਦੇ ਹੋ ਇਹਨਾਂ ਦੇ ਇਹੋ ਜਿਹੇ ਸਵਾਲ ਗਲਤ ਹੋ ਰਿਹਾ ਜਿਨ੍ਹਾਂ ਨੂੰ ਦਿਨਾਂ ਦਾ ਸਾਨੂੰ ਭੁਗਤਣਾ ਪੈ ਰਿਹਾ ਅੱਜ ਜੀ ਪੰਨ ਹਾਂਜੀ ਇਹ ਪੇਪਰ ਦੇ ਵਿੱਚ ਹੀ ਗਲਤੀ ਸੀ ਕਿ ਅਸੀਂ ਉਹਦਾ ਸੰਤਾਪ ਹੁਣ ਭੁਗਤ ਰਿਆ। ਸਮਾਜਿਕ ਸਿੱਖਿਆ ਦੇ ਪੇਪਰ ਦੇ ਵਿੱਚ ਹੀ ਆਇਆ ਹੋਇਆ ਵੀ ਦੋ ਕੁਐਸਚਨ ਹੈ ਜਿਹੜੇ ਬਿਨਾਂ ਗਲਤੀ ਦੇ ਹੀ ਡ੍ਰੌਪ ਕਰਕੇ ਨੰਬਰ ਦੇ ਦਿੱਤੇ ਗਏ। ਉਹਦੇ ਵਾਰ ਇੱਕ ਹੀ ਪ੍ਰਤੀਬਾਰੇ ਦੋ ਰੂਲ ਅਪਣਾਏ ਗਏ। ਇੱਕ ਵਿੱਚ ਐਸ ਇੰਗਲਿਸ਼ ਨੂੰ ਵੈਲਿਡ ਕੀਤਾ ਗਿਆ, ਦੂਸਰੇ ਵਿੱਚ ਪੰਜਾਬੀ ਨੂੰ ਵੈਲਿਡ ਕੀਤਾ ਗਿਆ ਤੇ ਉਹਦੇ ਨਾਲ ਹੀ ਮੈਂ ਬਾਹਰ ਹੋਈਆਂ। ਮੇਰਾ ਰੈਂਕ ਬੀਸੀ ਕੈਟਾਗਰੀ ਦੇ ਵਿੱਚ ਆ ਰਿਹਾ ਸੀ ਤੇ ਮੈਂ ਬਾਰ ਹੋ ਗਈ ਉਸ ਦੇ ਵਿੱਚ ਜਿਸ ਦੇ ਨਾਲ ਮੇਰਾ ਇੱਕ ਨੰਬਰ ਵੱਧਦਾ ਤੇ ਜਿਹੜੇ ਕੈਂਡੀਡੇਟ ਹੁਣ ਸਿਲੈਕਟ ਹੋਇਆ ਅਨਸਰ ਕੀ ਰਿਵਾਈਜ਼ ਹੁੰਦੀ ਹੈ ਤਾਂ ਉਹ ਬਾਰ ਹੋਣਗੇ ਇਟ ਮੀਨਸ ਸਰਕਾਰ ਹਰ ਵਾਰੀ ਅਨਸਰ ਕੀ ਰਿਵਾਈਜ਼ ਕਰੀ ਜਾਏਗੀ ਤੇ ਕੈਂਡੀਡੇਟ ਬਾਹਰ ਨਿਕਲਦੇ ਜਾਣਗੇ ਕਿੰਨਿਆਂ ਨੂੰ ਇਹ ਸੰਤਾਪ ਹੈ ਜਿਹੜਾ ਭੋਗਣਾ ਪਏ ਇਹਨਾਂ ਚ ਬਹੁਤੇ ਪਰਿਵਾਰ ਉਹ ਵੀ ਹੋਣਗੇ ਜਿਹੜੇ ਸ਼ਾਇਦ ਪ੍ਰਾਈਵੇਟ ਨੌਕਰੀਆਂ ਕਰਕੇ ਆਪਦਾ ਘਰ ਪਾਲਦੇ ਸੀ ਹਾਂਜੀ ਮੈਂ ਖੁਦ ਜੌਬ ਕਰਦੀ ਸੀ 10000 ਰੁਪਏ ਤੇ ਉਹ ਜੌਬ ਮੈਂ ਪੀਪਰ ਦੀ ਤਿਆਰੀ ਕਰਨ ਵਾਸਤੇ ਅਗਸਤ ਮਹੀਨੇ ਤੱਕ ਛੱਡੀ ਰੱਖੀ ਆ ਅਗਸਤ ਦੇ ਵਿੱਚ ਸਾਡਾ ਪੀਪਰ ਹੋਇਆ ਫਿਰ ਸਾਨੂੰ ਲੱਗਿਆ ਕਿ ਅਸੀਂ ਮੈਰਿਟ ਦੇ ਵਿੱਚ ਆ ਰਹੇ ਆ ਅਸੀਂ ਦੁਬਾਰਾ ਜੁਆਇਨਿੰਗ ਨਹੀਂ ਕੀਤੀ ਫਿਰ ਸਕੂਲਾਂ ਦੀ ਵਿੱਚ ਵੀ ਅਪਲਾਈ ਕੀਤਾ ਕਿ ਮਈ ਮਹੀਨੇ ਦੇ ਵਿੱਚ ਅਪਲਾਈ ਕਰ ਲਈਏ ਸਰਕਾਰ ਨੇ ਸਾਨੂੰ ਬਾਹਰ ਕੱਢ ਦਿੱਤਾ ਸਕੂਲ ਵਾਲੇ ਵੀ ਕਹਿੰਦੇ ਆ ਵੀ ਹਾਂ ਹੁਣ ਸਰਕਾਰ ਨੇ ਤੁਹਾਡਾ ਕੁਝ ਨਹੀਂ ਕੀਤਾ ਜੁਲਾਈ ਦੇ ਵਿੱਚ ਸੋਚਾਂਗੇ ਜਿਵੇਂ ਸਰਕਾਰ ਲਾਰਾ ਲਾਰੀ ਓਵੇਂ ਹੀ ਪ੍ਰਾਈਵੇਟ ਸਕੂਲਾਂ ਵਾਲੇ ਕਰ ਰਹੇ ਤੇ ਫਿਰ ਆਪਦੇ ਘਰ ਦੇਆਂ ਨੂੰ ਕਿਵੇਂ ਸਮਝਾਇਆ ਫਿਰ ਇਸ ਚੀਜ਼ ਤੋਂ ਪਹਿਲਾਂ ਤਾਂ ਲੱਡੂ ਵੀ ਬੰਡੇ ਗਏ ਹੁਣ ਘਰਾਂ ਦੇ ਦੇ ਹਾਂਜੀ ਲੱਡੂ ਤਾਂ ਵੰਡੇ ਹੀ ਗਏ ਅਸੀਂ WhatsApp ਤੇ ਸਟੇਟਸ ਪਾਤੇ 5 ਜਨਵਰੀ ਨੂੰ 7 ਜਨਵਰੀ ਨੂੰ ਕਈਆਂ ਨੂੰ ਮਿਲੇ ਨਿਯੁਕਤੀ ਪੱਤਰ ਤੇ ਇਹਨਾਂ ਦੇ ਵਿੱਚ ਪਰਵਾਰ ਨੂੰ ਪਰਿਵਾਰ ਸਾਨੂੰ ਸੰਭਾਲ ਰਿਹਾ ਅਸੀਂ ਖੁਦ ਨਹੀਂ ਸੰਭਲ ਪਾ ਰਹੇ ਕਿਉਂਕਿ ਸਾਡੇ ਚ ਇੰਨੀ ਹਿੰਮਤ ਨਹੀਂ ਕਿ ਅਸੀਂ ਘਰ ਤੋਂ ਬਾਹਰ ਨਿਕਲੀਏ ਅਸੀਂ ਧੰਨੇ ਲਾਣ ਲਈ ਮਜਬੂਰ ਹੋ ਗਏ ਆ ਅਸੀਂ ਟੈਂਕੀਆਂ ਤੇ ਚੜਨ ਲਈ ਮਜਬੂਰ ਹੋ ਗਏ ਆ ਮੇਰਾ ਤਾਂ ਇਹ ਹੀ ਹੈ ਕਿ ਮੈਂ ਤਾਂ ਸੁਸਾਈਡ ਵੀ ਕਰ ਲਾਂ ਇੱਥੋਂ ਤੱਕ ਨੋਬਤ ਆ ਗਈ ਹੈ ਕਿ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਪੇਕੇ ਪਰਿਵਾਰ ਨੂੰ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ ਸਮਾਜ ਦੇ ਵਿੱਚ ਸਾਡਾ ਕੋਈ ਸਟੇਟਸ ਨਹੀਂ ਰਿਹਾ ਆਸਤੇ ਤਾਂ ਸਰ ਮੈਂ ਤਾਂ ਹੱਥ ਜੋੜ ਕੇ ਸੀਐਮ ਸਾਹਿਬ ਨੂੰ ਤੇ ਸਿੱਖਿਆ ਮੰਤਰੀ ਸਾਹਿਬ ਨੂੰ ਇਹੀ ਕਹੂੰਗੀ ਕਿ ਪਲੀਜ਼ ਸਾਨੂੰ ਐਡ ਕਰ ਦਿਓ ਵਿੱਚ ਸਾਨੂੰ ਜੁਆਇਨ ਕਰਵਾ ਦਿਓ ਪਲੀਜ਼ 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 ਇਹ ਤਸਵੀਰਾਂ ਜਿਹੜੀਆਂ ਇਹ ਬੋਲ ਰਹੀਆਂ ਨੇ ਇਹ ਤਸਵੀਰਾਂ ਇਹਨਾਂ ਦੀਆਂ ਨੇ ਜਿਨ੍ਹਾਂ ਨੂੰ ਇੱਕ ਵਾਰੀ ਨਿਯੁਕਤੀ ਪੱਤਰ ਦਿੱਤੇ ਗਏ ਇੱਕ ਵਾਰੀ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਧਿਆਪਕ ਬਣ ਗਏ ਹੋ ਹੁਣ ਸਕੂਲ ਤੁਹਾਨੂੰ ਉਡੀਕ ਰਹੇ ਆ ਪਰ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਉਡੀਕ ਇੰਨੀ ਕੁ ਲੰਬੀ ਹੋ ਜੂ ਕਿ ਸਾਨੂੰ ਸਕੂਲਾਂ ਨੂੰ ਅਸੀਂ ਉਡੀਕਾਂਗੇ ਕਿਸੇ ਵੇਲੇ ਉਹਨਾਂ ਨੌਕਰੀਆਂ ਨੂੰ ਅਸੀਂ ਉਡੀਕਾਂਗੇ ਜਿਹੜੀਆਂ ਸਾਨੂੰ ਸੀਐਮ ਮਾਨ ਨੇ ਖੁਦ ਅਨਾਉਂਸ ਕੀਤੀਆਂ ਖੁਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਨਿਯੁਕਤੀ ਪੱਤਰ ਜਿਹੜੇ ਆ ਉਹ ਖੁਦ ਮਿਲੇਗਾ ਬਹੁਤੇ ਉਹ ਨੇ ਜਿਹੜੇ 10-10 ਹਜ਼ਾਰ ਰੁਪਿਆ ਦੀ ਪ੍ਰਾਈਵੇਟ ਨੌਕਰੀ ਕਰਕੇ ਗੁਜ਼ਾਰਾ ਕਰਦੇ ਸੀ ਜਦੋਂ ਸਰਕਾਰੀ ਨੌਕਰੀ ਮਿਲੀ ਤਾਂ ਉਸ ਤੋਂ ਬਾਅਦ ਜਿਹੜੀਆਂ ਉਹ ਪ੍ਰਾਈਵੇਟ ਨੌਕਰੀਆਂ ਉਹ ਵੀ ਛੁੱਟ ਗਈਆਂ ਉਹ ਵੀ ਛੜਦਕੀਆਂ ਗਈਆਂ ਕਿ ਭਾਈ ਹੁਣ ਤਾਂ ਅਸੀਂ ਹੁੰਦਾ ਹੀ ਆ ਕਿ ਹੁਣ ਤਾਂ ਇਹ ਸਰਕਾਰੀ ਜਿਹੜੇ ਹੈਗੇ ਆ ਉਹ ਲੱਗ ਗਏ ਆ ਸਰਕਾਰੀ ਹੋ ਗਏ ਆ ਪੱਕੇ ਹੋ ਗਏ ਆ ਹੁਣ ਸਾਨੂੰ ਕੀ ਜ਼ਰੂਰਤ ਆ ਪਰ ਇਹ ਨਹੀਂ ਪਤਾ ਸੀ ਕਿ ਐਦਾਂ ਦਾ ਕੁਝ ਹੋਣਾ ਆ ਇਹ ਨਹੀਂ ਪਤਾ ਸੀ ਕਿ ਬਾਹਰ ਕਰ ਦਿੱਤੇ ਜਾਣੇ ਆ ਵੱਡੀ ਗੱਲ ਜਿਸ ਤਰ੍ਹਾਂ ਦੇ ਨਾਲ ਕਹੀ ਆ ਕਿ ਮੀਟਿੰਗਾਂ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ ਕਿ ਤੁਸੀਂ ਕੋਰਟ ਦਾ ਸਹਾਰਾ ਲਓ ਪਰ ਜੇਕਰ ਅਸੀਂ ਭਗਵੰਤ ਸਿੰਘ ਮਾਨ ਦੀਆਂ ਸੀ ਇਹ ਮਾਨ ਸਾਹਿਬ ਦੀਆਂ ਸਪੀਚਾਂ ਸੁਣੀਆਂ ਤਾਂ ਉਹਨਾਂ ਦੇ ਵਿੱਚ ਬਿਲਕੁਲ ਉਲਟਾ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੈਂਡੀਡੇਟ ਜਿਹੜੇ ਨੇ ਉਹ ਨਿਯੁਕਤ ਕੀਤੇ ਹੋਏ ਨੇ ਉਹ ਕੋਰਟਾਂ ਦੇ ਵਿੱਚ ਜਾਂ ਉਹ ਉਹ ਅਸੀਂ ਚਾਹੁੰਦੇ ਹਾਂ ਕਿ ਉਹ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਣਾ ਕੰਮ ਕਰਨ 252 ਨੇ ਇਹ ਜਦੋਂ ਵੀ ਧਰਨੇ ਵੀ ਇਹਨਾਂ ਨੇ ਲਗਾਏ ਨੇ ਕਹਿੰਦੇ ਉਸ ਤੋਂ ਬਾਅਦ ਸਾਨੂੰ ਸ਼ਾਇਦ ਧਰਨੇ ਦਾ ਰਾਹ ਇਖਤਿਆਰ ਕਰਨਾ ਪੈਣਾ ਕਿਉਂਕਿ ਮੀਟਿੰਗਾਂ ਬਹੁਤ ਕੀਤੀਆਂ ਪਰ ਮੀਟਿੰਗਾਂ ਜਿਹੜੀਆਂ ਨੇ ਉਹ ਬੇਸਿੱਟਾ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਫਿਰ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰਿਓ ਤਾ ਜੋ ਇਹਨਾਂ ਦਾ ਦਰਦ ਜਿਹੜਾ ਸ਼ਾਇਦ ਹਾਲੇ ਤੱਕ ਮੀਟਿੰਗਾਂ ਦੇ ਵਿੱਚ ਸਰਕਾਰ ਦੇ ਸਾਹਮਣੇ ਨਾ ਆਇਆ ਹੋਵੇ ਮੀਟਿੰਗਾਂ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਦੇ ਸਾਹਮਣੇ ਨਾ ਆਇਆ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਨਾ ਆਇਆ ਹੋਵੇ ਉਹ ਜਿਹੜਾ ਹੈਗਾ ਸਾਹਮਣੇ ਜ਼ਰੂਰ ਆਵੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਆਪਣੇ ਆਪ ਨੂੰ ਹੁਣ ਜਿਉਂ ਰਹੇ ਆ ਕਿ ਆਪਣੇ ਆਰਥਿਕ ਤੌਰ ਤੇ ਟੁੱਟ ਰਹੇ ਆ ਮਾਨਸਿਕ ਤੌਰ ਤੇ ਜਿਹੜੇ ਹੈਗੇ ਉਹ ਟੁੱਟ ਰਹੇ ਆ ਆਲੇ ਦੁਆਲੇ ਨੂੰ ਸਮਝਾ ਰਹੇ ਆ ਕਿ ਭਾਈ ਨਹੀਂ ਅਸੀਂ ਪੱਕੇ ਨਹੀਂ ਹਾਲੇ ਤੱਕ ਅਸੀਂ ਕੱਚੇ ਆ ਸਾਡੇ ਨਾਲ ਇੱਕ ਮਜ਼ਾਕ ਹੋਇਆ ਕੋਝਾ ਇਹਨਾਂ ਦੇ ਨਾਲ ਜਿਹੜਾ ਹੈਗਾ ਕੁਝ ਇਹਨਾਂ ਦੇ ਨਾਲ ਜਿਹੜਾ ਹੈਗਾ ਉਹ ਮਜ਼ਾਕ ਹੋਇਆ ਤੁਸੀਂ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਚੈਸ ਕਰੇ ਬਹੁੰਦੇ ਹੋ ਇਜਾਜ਼ਤ ਧੰਨਵਾਦ ਜੀ